कृपा करो दीन के दाते, मेरा गुण अवगुणना विचार कोई। माटी का क्या धूप है स्वामी, मानस की गत यही। तेरे कवन कवन गुण कह कह गावा, तू साहिब गुणी नदाना। उमरी मैं माँ वर्ण न सकूं, तू ठाकर उच भगवाना। एकंकारा सतगुरु ते प्रसाद सत होए, वाहेगुरु जी की फतेह है। विघ्न विनाशन सोए, वाहेगुरु जी की फतेह है। विघ्न विनाशन सोए, जुग जुग अटल। साहिब श्री गुरु ग्रंथ साहिब जी महाराज तिना दे पवित्र चरणों विच महान युग पुरशां की याद में मनाउण वास्ते एकत्र हुई साध संगत जी सारे। एक बारी अपनी रसना पवित्र करो जी। वाहिगुरु जी का खालसा, वाहिगुरु जी की फतेह। इन दिनों तो सतगुरों की पवित्र बाणी, रब्बी बाणी, भगती बाणी, जिस बाणी के नाल तोड़े राक्ष वर्गियों के कड़ाहे ठंडे हो गए, जिस बाणी के नाल बड़े बड़े भूमिए चोर वर्गे उन्हां दे जीवन बन गए, जिस बाणी के नाल बड़े बड़े सज्जन ठगा नूं जिस बाणी ने सीधे मार्ग ते तोरिया, उस पवित्र बाणी का जाप परसों रोज तो बहुत सारिया संगतां ने सरबंधी कीता है ते गुरमुख प्यारिया ने सेवा भी कीती है। साहिब सतगुरु नानक देव महाराज कलयुग के अवतार सर्वसांझे गुरु, पीरां दे पीर, गुरुआं दे गुरु, नहीं तो अज तक किसी भी पैगंबर नूं यह दर्जा नहीं मिलिया कि जिन्हों सारे ही धर्म मनते हो। एक ही एक गुरु नानक साहब जय साहिब जी का पवित्र शरीर सी, जिस शरीर नूं दुनिया के सारे धर्मां ने मनिया। मके अंदर गए केवल ते केवल सिख मत देण वास्ते, भावें उत्थे उस वेले सिख कोई नहीं सी, उन्हां नूं मत देण वास्ते बड़े बड़े जगन्नाथ पुरी वर्गे मंदरां विच गए, केवल ते केवल उन्हां नूं जो कोई कमी सी दसण वास्ते उत्थे गए। बड़े बड़े पीरां विच जिन्हां विच कमियां सी, उन्हां दीआं कमियां नूं दूर करके उन्हां नूं तरक्की दे रस्ते ते तोरिया। उस मिशन दे विच दस पातशाहियां दे रूप विच सतगुरु नानक देव महाराज विचरे ने। दस पातशाहियां दे वक्रे वक्रे करतब, वक्रे वक्रे निजम, अपने समय मुताबक जो सिख दे जीवन विच जो सिख नूं करना चाहीदा है, जो मनुख जाति नूं करना चाहीदा है, वह सारे ही दसां पातशाहियां दे जीवन दे अंदर अपने शरीर ते अमली जामा धारण करके वह दुनिया नूं करके दसिया और लोकां नूं करन वास्ते प्रेरणा की थी। ते जेड़ा कोई
ਇਸ ਤਰੀਕੇ ਨਾਲ ਪੌੜੀ ਪੌੜੀ ਚੜ੍ਹਦਾ ਜਾਵੇਗਾ, ਉਹ ਪਰਮੇਸ਼ੁਰ ਦੇ ਘਰ ਸੌਖਾ ਹੀ ਪਹੁੰਚ ਜਾਵੇਗਾ। ਦੁਨੀਆ ਦੇ ਅੰਦਰ ਸਭ ਤੋਂ ਇੱਕ ਸਾਰਾ ਬ੍ਰਹਿਮੰਡ ਜੋ ਹੈ, ਸਾਡੀ ਧਰਤੀ ਹੈ, ਇਹ ਜੋ ਸਾਡਾ ਬ੍ਰਹਿਮੰਡ ਹੈ, ਸਾਰੇ ਮੁਲਕ, ਸਮੁੰਦਰ, ਨਦੀਆਂ, ਦਰਿਆ, ਪਹਾੜ, ਸਾਰੇ ਜਿੰਨੇ ਪੱਛਮੀ ਮੁਲਕ ਨੇ ਸਾਰੀ ਧਰਤੀ 'ਤੇ, ਇਹ ਸਾਰਿਆਂ ਦਾ ਹੀ ਹੈੱਡ ਹੈ ਭਾਰਤ ਖੰਡ ਦੀ ਧਰਤੀ ਹੈ। ਇਸ ਭਾਰਤ ਖੰਡ ਦੀ ਧਰਤੀ ਦੇ ਅੰਦਰ ਕੁਛ ਅਰਬਾਂ ਦਾ ਇਲਾਕਾ ਵੀ ਆਉਂਦਾ ਹੈ, ਅਰਬ ਮੁਲਕਾਂ ਦਾ ਇਲਾਕਾ ਵੀ ਆਉਂਦਾ ਹੈ, ਅਫਗਾਨਿਸਤਾਨ, ਪੰਜਾਬ, ਅਫਗਾਨਿਸਤਾਨ, ਇਹ ਸਾਰੇ ਇਸ ਖੰਡ ਦੇ ਵਿੱਚ ਆਉਂਦੇ ਹਨ। ਸਾਰੀ ਸ੍ਰਿਸ਼ਟੀ ਦੀ ਸੰਭਾਲ ਇਸੇ ਧਰਤੀ ਤੋਂ ਹੁੰਦੀ ਹੈ। ਸਾਰੀ ਦੁਨੀਆ ਦਾ ਹੈੱਡ ਕਹਿ ਲਓ, ਸਾਰੀ ਦੁਨੀਆ ਨੂੰ ਚਲਾਉਣ ਵਾਲਾ ਇੱਕੋ ਇੱਕ ਧਰਤੀ ਹੈ, ਜਿੱਥੇ ਪਰਮੇਸ਼ੁਰ ਦੇ ਅਵਤਾਰ, ਪੈਗੰਬਰ, ਕਬੀਰ, ਵੱਡੀਆਂ ਵੱਡੀਆਂ ਪਾਵਰਾਂ ਰੱਖਣ ਵਾਲੇ ਜਿਹੜੇ ਇੱਥੋਂ ਹੀ ਬੈਠੇ ਸਾਰੀ ਸ੍ਰਿਸ਼ਟੀ ਨੂੰ ਦੇਖਦੇ ਆ, ਉਹ ਇੱਥੇ ਹੀ ਪੈਦਾ ਹੋਏ ਆ, ਬਾਹਰਲੇ ਮੁਲਕਾਂ ਵਿੱਚ ਕੋਈ ਪੈਦਾ ਨਹੀਂ ਹੋਇਆ। ਦਿੱਲੀ ਹਿੰਦੁਸਤਾਨ ਦੀ ਰਾਜਧਾਨੀ ਆ, ਵੱਖਰੀਆਂ ਵੱਖਰੀਆਂ ਸਟੇਟਾਂ ਨੇ, ਉਹਨਾਂ ਸਟੇਟਾਂ ਦਾ ਸਾਰਾ ਕਾਰ ਵਿਹਾਰ ਇੱਕ ਦਿੱਲੀ ਦੀ ਸਰਕਾਰ ਚਲਾਉਂਦੀ ਹੈ। ਉੱਥੇ ਜੋ ਮਰਜ਼ੀ ਕਾਨੂੰਨ ਪਾਸ ਕਰ ਦੇਣ ਜਾਂ ਫੇਲ ਕਰ ਦੇਣ, ਉਹ ਸਰਕਾਰ ਦੀ ਮਰਜ਼ੀ ਹੈ। ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਦਾ ਕਾਰ ਵਿਹਾਰ ਇਸ ਹਿੰਦੁਸਤਾਨ ਦੀ ਧਰਤੀ 'ਤੇ ਵੱਡੇ ਵੱਡੇ ਪੈਗੰਬਰ ਜਿਹੜੇ ਅੰਦਰੋਂ ਹੀ ਬੈਠੇ ਸਾਰੀ ਸ੍ਰਿਸ਼ਟੀ ਨੂੰ ਦੇਖਦੇ ਆ ਔਰ ਸ੍ਰਿਸ਼ਟੀ ਨੂੰ ਚਲਾਉਂਦੇ ਆ। ਸਤਿਯੁਗ ਦੇ ਅੰਦਰ ਇੱਕ ਹਰਨਾਕਸ਼ ਹੋਇਆ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਹੁਤ ਵਾਰੀ ਆਉਂਦਾ ਹੈ। ਉਸ ਹਰਨਾਕਸ਼ ਦਾ ਪੁੱਤਰ ਪ੍ਰਹਲਾਦ ਹੋਇਆ, ਪ੍ਰਹਲਾਦ ਦਾ ਪੋਤਾ ਬਲ ਰਾਜਾ ਹੋਇਆ। ਅਗਰ 1000 ਜੱਗ ਨਿਰਵਿਘਨ ਸੰਪੂਰਨ ਹੋ ਜਾਵੇ, ਕੋਈ ਵੀ ਕਰ ਲਵੇ, ਤਾਂ ਉਹਨੂੰ ਦੇਵਤਿਆਂ ਦਾ ਪ੍ਰਧਾਨ ਬਣਾ ਦਿੰਦੇ ਸੀ, ਇੰਦਰ ਦੀ ਪਦਵੀ ਉਹਨੂੰ ਮਿਲ ਜਾਂਦੀ ਸੀ। ਉਸ ਪ੍ਰਹਲਾਦ ਦੇ ਪੋਤੇ ਨੇ, ਬਲ ਰਾਜੇ ਨੇ, ਇਸ ਹਿੰਦੁਸਤਾਨ ਦੀ ਧਰਤੀ 'ਤੇ ਜੱਗ ਪ੍ਰਾਰੰਭ ਕੀਤੇ ਔਰ ਦੇਵਤਿਆਂ ਨੂੰ ਫਿਕਰ ਹੋਇਆ ਕਿ ਰਾਕਸ਼ਾਂ ਦੀ ਕੁੱਲ ਦੇ ਵਿੱਚੋਂ ਹੈ, ਅਗਰ ਇਹ ਕਿਤੇ ਕਾਮਯਾਬ ਹੋ ਗਿਆ ਤਾਂ ਦੇਵਤਿਆਂ ਨੂੰ ਤੰਗੀ ਹੋਵੇਗੀ। ਸਾਰਿਆਂ ਦੇਵਤਿਆਂ ਨੇ ਇਕੱਤਰ ਹੋ ਕੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ, ਮਹਾਰਾਜ ਭਾਵੇਂ ਪ੍ਰਹਲਾਦ ਆਪ ਜੀ ਦਾ ਭਗਤ ਹੋਇਆ ਹੈ, ਪਰ ਇਹ ਰਾਕਸ਼ਾਂ ਦੀ ਕੁੱਲ ਵਿੱਚੋਂ ਪੈਦਾ ਹੋਇਆ, ਕਿਉਂਕਿ ਇਹ ਕੁੱਲ ਰਾਕਸ਼ਾਂ ਦੀ ਹੈ, ਅਗਰ ਬਲ ਰਾਜਾ ਆ ਗਿਆ ਤਾਂ ਸਾਰੇ ਲੋਕ ਦੁਖੀ ਹੋ ਜਾਣਗੇ। ਭਗਵਾਨ ਨੇ ਬੇਨਤੀ ਪ੍ਰਵਾਨ ਕਰਕੇ ਉਸ ਨੂੰ ਬਲ ਰਾਜੇ ਦਾ ਜੱਗ ਭੰਗ ਕਰਨ ਵਾਸਤੇ, ਆਖਰੀ ਜੱਗ ਸੀ ਔਰ ਉਸ ਵਿੱਚ ਵਿਘਨ ਪੈ ਜਾਂਦਾ ਅਤੇ ਕੰਮ ਖਰਾਬ ਹੋ ਜਾਣਾ। ਜਿਹੜੇ ਬ੍ਰਾਹਮਣ ਸਨ ਉਹ ਕਹਿੰਦੇ ਸੀ, ਰਾਜਾ ਆਖਰੀ ਜੱਗ ਹੈ, ਤੂੰ ਕਿਸੇ ਨੂੰ ਮਿਲਣ ਵਾਸਤੇ ਨਾ ਜਾਈਂ। ਭਗਵਾਨ ਨੇ ਤਕਰੀਬਨ 3.5 ਫੁੱਟ ਦਾ ਕੱਦ, ਛੋਟਾ ਜਿਹਾ ਸਰੂਪ ਹੈ, ਬੋਧੀ ਛੱਡੀ ਹੋਈ ਹੈ, ਧੋਤੀ ਲਾਈ ਹੋਈ ਹੈ, ਬ੍ਰਾਹਮਣਾਂ ਦਾ ਭੇਸ ਧਾਰਨ ਕੀਤਾ ਹੋਇਆ, ਆ ਕੇ ਬਲ ਰਾਜੇ ਦੇ ਦਰਵਾਜ਼ੇ 'ਤੇ ਮੰਗਣ ਵਾਸਤੇ ਖੜ੍ਹੇ। ਕੋਈ ਵੀ ਸਾਧੂ ਮਹਾਤਮਾ ਦਰਵਾਜ਼ੇ 'ਤੇ ਆ ਜਾਵੇ, ਕੋਈ ਬ੍ਰਾਹਮਣ ਆ ਜਾਵੇ, ਜਿਹੜੇ ਨਿਯਮ ਵਾਲੇ ਲੋਕ ਹੈ ਉਹ ਆਪਣੇ ਦਰਵਾਜ਼ੇ 'ਤੇ ਆਏ ਦਾ ਸਤਿਕਾਰ ਕਰਦੇ। ਅਤੇ ਜਦੋਂ ਬਲ ਰਾਜੇ ਦੇ ਦਰਵਾਜ਼ੇ 'ਤੇ ਬ੍ਰਾਹਮਣ ਦਾ ਸਰੂਪ ਧਾਰਨ ਕਰਕੇ, ਇੱਕ ਛੋਟਾ ਜਿਹਾ ਸਰੂਪ ਹੈ, ਬਾਲਕ ਦੇ ਰੂਪ ਵਿੱਚ ਹੈ, ਉਹ ਖੜ੍ਹਾ ਅਤੇ ਯਾਚਨਾ ਕਰ ਰਿਹਾ ਕਿ ਜਿਹੜੇ ਬ੍ਰਾਹਮਣ ਵੇਦ ਦਾ ਪਾਠ ਕਰਦੇ ਸੀ, ਜੱਗ ਹਵਨ ਜੱਗ ਕਰਦੇ ਹੁੰਦੇ ਸੀ, ਕੁੰਡ ਬਣਾਉਂਦੇ ਸੀ, ਉਹਦੇ ਵਿੱਚ ਲੱਕੜੀਆਂ ਪਾ ਕੇ ਅਤੇ ਭੇ ਦੀ ਹੋਤੀ
ਕੁਛ ਧੂਫ ਪਾ ਕੇ ਇਹ ਤਿੰਨਾਂ ਉਂਗਲਾਂ ਦੇ ਨਾਲ ਪਾਉਂਦੇ ਸੀ, ਇਹ ਤਿੰਨਾਂ ਉਂਗਲਾਂ ਨਾਲ ਵੇਦ ਦਾ ਪਾਠ ਕਰਕੇ, ਮੰਤਰ ਪੜ੍ਹ ਕੇ, ਫਿਰ ਸੁਆਹਾ ਕਰਕੇ ਵਿੱਚ ਸੁੱਟ ਦਿੰਦੇ ਸੀ। ਅੱਗੇ ਜੱਗਾਂ ਦੇ ਨਾਲ ਹੀ ਪ੍ਰਾਪਤੀ ਹੋ ਜਾਂਦੀ। ਉੱਧਰ ਜਾਚਨਾ ਕਰਨ ਵਾਸਤੇ ਬ੍ਰਾਹਮਣ ਖੜ੍ਹਾ ਹੈ ਦਰਵਾਜ਼ੇ 'ਤੇ, ਅਤੇ ਉੱਧਰ ਜੱਗ ਦੀ ਆਖਰੀ ਸੰਪੂਰਨਤਾ ਹੀ ਹੈ। ਵੱਡੇ ਧਰਮੀ ਲੋਕ ਹਨ, ਇੱਕ ਬੰਦੇ ਨੂੰ ਇੰਦਰ ਦੀ ਪਦਵੀ ਮਿਲਦੀ ਹੋਵੇ ਔਰ ਪਦਵੀ ਗਿਰਦੀ ਹੋਵੇ, ਫੈਸਲਾ ਬੜਾ ਔਖਾ। ਜੇ ਹੁਣ ਉਹਨੂੰ ਬ੍ਰਾਹਮਣ ਨੂੰ ਦਾਨ ਦੇਣ ਨਹੀਂ ਜਾਂਦਾ ਅਤੇ ਇੱਧਰ ਇਹਦਾ ਨਿਯਮ ਟੁੱਟਦਾ, ਮੈਂ ਸਾਧੂ ਮਹਾਤਮਾ ਦਾ ਸੇਵਕ ਹੈ, ਮੈਂ ਉਹਨਾਂ ਦੀ ਆਇਆਂ ਦੀ ਸੇਵਾ ਕਰਨੀ ਹੈ, ਮੈਂ ਜਾਣ ਨਹੀਂ ਦੇਣਾ। ਉੱਧਰ ਜੇ ਭੰਗ ਕਰਦਾ ਜੱਗ ਨੂੰ ਅਤੇ ਉਹਦਾ ਆਖਰੀ ਪੇਪਰ ਹੈ, ਸਾਰਾ ਕੀਤਾ ਕਰਿਆ ਨਿਸਫਲ ਚਲੇ ਜਾਂਦਾ। ਵੇਦ ਮੰਤਰ ਪੜ੍ਹਨ ਵਾਲੇ ਬ੍ਰਾਹਮਣਾਂ ਨੇ ਜ਼ੋਰ ਲਾਇਆ, ਪਰ ਬਲ ਰਾਜਾ ਮੰਨਿਆ ਨਹੀਂ। ਕਹਿੰਦਾ ਮੇਰੇ ਦਰਵਾਜ਼ੇ 'ਤੇ ਭਗਵਾਨ ਆਇਆ ਹੋਵੇ, ਮੈਂ ਉਹਨੂੰ ਖਾਲੀ ਨਹੀਂ ਮੋੜਨਾ। ਜੱਗ ਛੱਡ ਦਿੱਤਾ, ਜੱਗ ਛੱਡ ਕੇ ਆ ਕੇ ਬਾਹਰਲੇ ਬ੍ਰਾਹਮਣ ਛੋਟਾ ਜਿਹਾ ਸਰੂਪ ਹੈ, ਕਹਿੰਦੇ ਦੱਸੋ ਜੀ ਮਹਾਰਾਜ ਕਿੱਦਾਂ ਆਏ ਹੈ। ਕਹਿੰਦੇ ਦੋ ਕਰਮਾਂ, ਢਾਈ ਕਰਮਾਂ ਧਰਤੀ ਲੈਣੀ ਹੈ, ਢਾਈ ਕਰਮਾਂ ਧਰਤੀ 'ਤੇ ਭਜਨ ਬੰਦਗੀ ਕਰਨੀ ਹੈ। ਇਹਦਾ ਪ੍ਰਮਾਣ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਰਾਂ ਵਿੱਚ ਲਿਖਿਆ ਹੋਇਆ। ਰਾਜਾ ਕਹਿਣ ਲੱਗਾ ਕੁਛ ਹੋਰ ਮੰਗ ਲਓ, ਕਰਮਾਂ ਤੁਹਾਡੀਆਂ ਕਿ ਮੇਰੀਆਂ? ਕਹਿੰਦੇ ਕਰਮਾਂ ਸਾਡੀਆਂ ਹੀ। ਕਹਿੰਦੇ ਤੁਹਾਡੀ ਕਰਮ ਤਾਂ ਬਹੁਤ ਛੋਟੀ ਹੈ। ਕਹਿੰਦੇ ਬਸ ਅਸੀਂ ਬਹਿਣਾ ਹੀ ਹਾਂ ਉੱਥੇ, ਹੋਰ ਕੁਛ ਨਹੀਂ ਲੈਣਾ। ਕਹਿੰਦੇ ਮਹਾਰਾਜ ਹੋਰ ਮੰਗ ਲਓ, ਤੁਸੀਂ ਮੇਰੇ ਦਰਵਾਜ਼ੇ 'ਤੇ ਆਏ ਹੋ, ਕੁਛ ਹੋਰ ਮੰਗ ਲਓ। ਕਹਿੰਦੇ ਨਹੀਂ, ਹੋਰ ਕੁਛ ਨਹੀਂ ਲੈਣਾ। ਬਲ ਰਾਜਾ ਕਹਿੰਦਾ ਮਹਾਰਾਜ ਮਿਣ ਲਓ, ਮੈਂ ਇਹ ਪ੍ਰਮਾਣ ਤੁਹਾਨੂੰ ਤਾਂ ਦਿੱਤਾ, ਮੈਂ ਮੁੜ ਕੇ ਜਿਨ੍ਹਾਂ ਦੀ ਯਾਦ ਮਨਾਉਂਦੇ ਹਾਂ ਮੈਂ ਉੱਥੇ ਲਿਆ ਕੇ ਗੱਲ ਸਮਾਪਤ ਕਰਨੀ ਹੈ। ਇਹ ਸ਼ੁਰੂਆਤ ਮੈਂ ਇੱਥੋਂ ਤਾਂ ਕੀਤੀ ਹੈ, ਇਹ ਜਿਹੜੀ ਧਰਤੀ ਤੁਹਾਡੀ ਭਾਗਸ਼ੀਲ ਕਿੰਨੀ ਹੈ, ਇਹ ਧਰਤੀ ਨੂੰ ਦੇਵਤੇ ਲੋਚਦੇ ਆ, ਇਹ ਧਰਤੀ ਨੂੰ ਬੜੇ ਬੜੇ ਲੋਕ ਨਮਸਕਾਰ ਕਰਨ ਆਉਂਦੇ ਆ। ਅਤੇ ਜਦੋਂ ਭਗਵਾਨ ਫਿਰ ਧਰਤੀ ਮਿਣਨ ਲੱਗੇ, ਦੋ ਕਰਮਾਂ ਕੀਤੀਆਂ, ਸਾਰੀ ਧਰਤੀ ਨਾਪੀ ਗਈ। ਬਲ ਰਾਜੇ ਨੇ ਮੂੰਹੋਂ ਇਹ ਨਹੀਂ ਕਿਹਾ ਮਹਾਰਾਜ ਜਦੋਂ ਤੁਸੀਂ ਦੋ ਕਰਮਾਂ ਕਹੀਆਂ ਸੀ, ਸਰੀਰ ਤੁਹਾਡਾ ਛੋਟਾ ਸੀ, ਹੁਣ ਸਰੀਰ ਤੁਹਾਡਾ ਵੱਧ ਗਿਆ, ਤੁਸੀਂ ਆਪਣੇ ਵਚਨ 'ਤੇ ਨਹੀਂ ਰਹੇ। ਬਲ ਰਾਜੇ ਨੇ ਨਹੀਂ ਕਿਹਾ, ਕੋਈ ਗੱਲ ਨਹੀਂ, ਕਹਿੰਦਾ ਹੁਣ ਤੀਜੀ ਕਰਮ ਪੂਰੀ ਨਾ ਹੋਵੇ। ਭਗਵਾਨ ਕਹਿਣ ਲੱਗੇ ਵਚਨ ਪੂਰਾ ਕਰ, ਅਤੇ ਬਲ ਰਾਜਾ ਲੰਮਾ ਪੈ ਗਿਆ। ਅੱਧੀ ਕਰਮ ਰਹਿੰਦੀ ਸੀ, ਇੱਕ ਪੈਰ ਉਹਦੀ ਛਾਤੀ 'ਤੇ ਰੱਖ ਕੇ ਬਲ ਰਾਜੇ ਦੀ, ਜਿੱਥੇ ਅੱਜ ਕੀਰਤਪੁਰ ਸਾਹਿਬ ਹੈ, ਜਿੱਥੇ ਤੁਸੀਂ ਆਮ ਮ੍ਰਿਤਕ ਪ੍ਰਾਣੀਆਂ ਦੇ ਫੁੱਲ ਪਾਉਣ ਜਾਂਦੇ ਹੋ, ਉੱਥੇ ਆ ਕੇ ਢਾਈ ਕਰਮਾਂ ਧਰਤੀ ਪੂਰੀ ਹੋਈ। ਉੱਥੇ ਬਲ ਰਾਜੇ ਦੀ ਛਾਤੀ 'ਤੇ ਪੈਰ ਰੱਖ ਕੇ, ਜਿੱਥੇ ਅੱਜ ਅਮਰੀਕਾ ਕਨੇਡਾ ਵਰਗੇ ਮੁਲਕ ਹੈ, ਉੱਥੇ ਉਹਦਾ ਸਰੀਰ ਲੱਤ। ਇੱਥੋਂ ਉਦੋਂ ਛੇਵੇਂ ਪਾਤਸ਼ਾਹ ਜੀ ਦੇ ਟਾਈਮ 'ਤੇ ਵੀ ਪਤਾਲ ਨੂੰ ਰਸਤਾ ਜਾਂਦਾ ਸੀ, ਇਹ ਮੁਲਕ ਪਤਾਲ ਦੇ ਵਿੱਚ ਹੈ। ਇੱਕ ਹੈ ਪਤਾਲ, ਇੱਕ ਹੈ ਮਾਤ ਲੋਕ, ਇੱਕ ਹੈ ਦੇਵ ਲੋਕ। ਮਾਤ ਲੋਕ ਸਾਡਾ, ਦੇਵ ਲੋਕ ਜਿੱਥੇ ਬੰਦੇ ਨਹੀਂ ਰਹਿ ਸਕਦੇ, ਕੇਵਲ ਅਤੇ ਕੇਵਲ ਉੱਥੇ ਨਾਮ ਜਪਣ ਵਾਲੀਆਂ ਰੂਹਾਂ, ਸਮੇਰ ਪਰਬਤ ਹੈ, ਕੈਲਾਸ਼ ਪਰਬਤ ਹੈ, ਬੰਦਿਆਂ ਦੇ ਰਹਿਣ ਵਾਸਤੇ ਔਖਾ ਕੰਮ ਹੈ। ਉਸ ਧਰਤੀ 'ਤੇ ਲਾਤਾ ਜਿਹੜੀ ਰਾਕਸ਼ਾਂ ਦੀ ਧਰਤੀ ਸੀ, ਕਿਉਂਕਿ ਰਾਕਸ਼ਾਂ ਦੀ ਕੁੱਲ 'ਚੋਂ ਸੀ ਇਹ। ਅਤੇ ਬਲ ਰਾਜੇ ਨੇ ਜਦੋਂ ਭਗਵਾਨ ਪੈਰ ਚੱਕਣ ਲੱਗੇ, ਅਤੇ ਉਹ ਬਲ ਰਾਜੇ ਨੇ ਪੈਰ ਫੜ ਲਿਆ ਭਗਵਾਨ ਦਾ ਗਿੱਟੇ 'ਤੇ। ਕਹਿੰਦੇ ਭਜਨ ਬੰਦਗੀ ਦਾ ਵਚਨ ਕੀਤਾ, ਇੱਥੇ ਬੈਠ ਕੇ ਬੰਦਗੀ ਕਰ। ਭਗਵਾਨ ਫਸ ਗਏ,
ਭਗਵਾਨ ਫਸ ਗਏ ਕਹਿੰਦੇ ਛਲਣ ਵਾਸਤੇ ਤਾਂ ਅਸੀਂ ਆਏ ਸੀ, ਛਲੇ ਗਏ ਅਸੀਂ। ਭਗਵਾਨ ਨੇ ਦੇਵਤਿਆਂ ਨੂੰ ਇਹ ਗੱਲ ਪਹਿਲਾਂ ਕਹਿ ਦਿੱਤੀ ਸੀ। ਜਿਹੜੇ ਲੋਕ ਸਾਧੂ ਮਹਾਤਮਾ ਦੀ ਸੇਵਾ ਕਰਦੇ, ਭਗਵਾਨ ਨੇ ਇਹ ਬਚਨ ਦੇਵਤਿਆਂ ਨੂੰ ਜਦੋਂ ਬੇਨਤੀ ਕਰਨ ਗਏ ਸੀ ਉਸ ਵੇਲੇ ਬਚਨ ਕਰ ਦਿੱਤਾ ਸੀ। ਕਹਿਣ ਲੱਗੇ ਗੱਲ ਸੁਣ ਲਓ, ਜਿਹੜੇ ਲੋਕ ਸਾਧੂ ਮਹਾਤਮਾ ਦੀ ਭਜਨ ਬੰਦਗੀ ਕਰ ਲਏ, ਪੁਰਖਾਂ ਦੀ ਸੇਵਾ ਕਰਦੇ, ਮੇਰਾ ਇਹਨਾਂ 'ਤੇ ਜ਼ੋਰ ਚੱਲਦਾ ਨਹੀਂ ਹੈ। ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੇ ਭਗਤ ਨਾ ਛੂਟੈ ਮੋਹੇ। ਅਸੀਂ ਜ਼ੋਰ ਨਾ ਤਾਂ ਨਹੀਂ ਲੈ ਕੇ ਦੇ ਸਕਦੇ, ਬਲ ਛੜ ਕਰ ਦਿੰਦੇ। ਉਹ ਫਿਰ ਭਗਵਾਨ ਨੂੰ ਬੈਠਣਾ ਪਿਆ। ਤਿੰਨਾਂ ਦੇਵਤਿਆਂ ਦੀ ਡਿਊਟੀ ਅੱਜ ਵੀ ਉੱਥੇ ਲੱਗੀ ਹੋਈ ਹੈ। 6 ਮਹੀਨੇ ਸ਼ਿਵ ਜੀ ਦੀ ਹੈ, 3 ਮਹੀਨੇ ਬ੍ਰਹਮਾ ਜੀ ਦੀ ਹੈ, 3 ਮਹੀਨੇ ਵਿਸ਼ਨੂੰ ਜੀ ਦੀ ਹੈ। ਨਾਮਦੇਵ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਲਿਖਿਆ, ਨਾਮਾ ਕਹੇ ਭਗਤ ਬਸ ਕੇਸਵ, ਅੱਜ ਉਹ ਬਲ ਕੇ ਦੁਆਰ ਖਰੋ। ਹਾਲੇ ਬਲ ਰਾਜੇ ਦੇ ਦਰਵਾਜ਼ੇ 'ਤੇ ਪਹਿਰਾ ਦੇ ਰਿਹਾ। ਅਤੇ ਇਹ ਪਵਿੱਤਰ ਸ੍ਰੇਸ਼ਟ ਧਰਤੀ ਹਿੰਦੁਸਤਾਨ ਦੀ, ਇੱਥੋਂ ਹੀ ਸਾਰੀ ਸ੍ਰਿਸ਼ਟੀ ਚੱਲਦੀ ਹੈ। ਬੜੇ ਬੜੇ ਇੱਥੇ ਰਿਖੀ ਮਹਾਤਮਾ ਹੋਏ ਹੈ। ਬਾਹਰਲੇ ਮੁਲਕ ਭਾਵੇਂ ਤਰੱਕੀਆਂ ਕਰ ਜਾਣ, 100 ਵਾਰੀ ਕਰ ਜਾਣ, ਹਿੰਦੁਸਤਾਨ ਦੇ ਵਿੱਚ ਬਾਕੀ ਸਟੇਟਾਂ ਤਰੱਕੀ ਕਰ ਜਾਣ, 100 ਵਾਰੀ ਕਰ ਜਾਣ, ਕਾਨੂੰਨ ਦਿੱਲੀ ਤੋਂ ਹੀ ਚੱਲਣਾ। ਦੂਜੀਆਂ ਸਟੇਟਾਂ ਦੇ ਕਾਨੂੰਨ ਚੰਗੇ ਹੋਣ, ਜਿੱਦਾਂ ਦੇ ਮਰਜ਼ੀ ਹੋਣ, ਸਭ ਤੋਂ ਸ੍ਰੇਸ਼ਟ ਧਰਤੀ ਹਿੰਦੁਸਤਾਨ ਦੀ। ਅੱਜ ਵੱਡੇ ਵੱਡੇ ਸਾਇੰਸਦਾਨਾਂ ਨੇ ਤਰੱਕੀਆਂ ਕਰ ਲਈਆਂ, ਇੱਥੇ ਇੱਦਾਂ ਦੇ ਬੰਦੇ ਇਸ ਧਰਤੀ 'ਤੇ ਹੋਏ ਹੈ। ਹਾਲੇ ਤੱਕ ਸਾਇੰਸਦਾਨਾਂ ਨੇ ਸਮੁੰਦਰ ਦਾ ਅੰਤ ਨਹੀਂ ਪਾਇਆ, ਸਮੁੰਦਰ ਦੇ ਪਾਣੀ ਦੀ ਗਿਣਤੀ ਨਹੀਂ ਕੀਤੀ। ਇੱਥੇ ਇੱਕ ਪੁਰਖ ਐਸਾ ਹੋਇਆ ਜਿਹਨੇ 2.5 ਚੂੜੀਆਂ ਕਰਕੇ ਸਾਰਾ ਹੀ ਸਮੁੰਦਰ ਪੀ ਲਿਆ ਔਰ ਸਾਰਾ ਹੀ ਸੁਕਾ ਦਿੱਤਾ। ਇਹਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਅੰਮ੍ਰਿਤ ਸਸੀਆ ਧੇਨ ਲਛਮੀ, ਕਲ ਪੱਤਰ ਸਿਖਰ ਸੁਨਾਗਰ, ਨਦੀ 'ਚ ਨਾਥੰ ਕਰਮ ਕਰ ਖਾਰ ਮਫੀਟ ਸਰੀ। 42 ਲੱਖ ਜੂਨ ਪਾਣੀ ਵਿੱਚ ਹੈ, 42 ਲੱਖ ਜੂਨ ਇੱਥੇ ਥਲ ਵਿੱਚ ਹੈ। ਸਾਰੇ ਜੀਵ ਤੜਫਣ ਲੱਗੇ, ਪਾਣੀ ਸਾਰਾ ਹੀ ਸੁਕਾ। ਕੋਈ ਦੁਨੀਆਂ ਦੀ ਸ੍ਰਿਸ਼ਟੀ ਦੇ ਅੰਦਰ ਕੋਈ ਵੀ ਬੰਦਾ ਇਹ ਗੱਲ ਕਰਕੇ ਦੱਸੇ, ਵੱਡੇ ਵੱਡੇ ਸਾਇੰਸਦਾਨ ਹੋਏ ਬੇਸ਼ੱਕ, ਅੱਜ ਤੱਕ ਦੁਨੀਆਂ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਹੋਇਆ, ਸਾਇੰਸਦਾਨ ਨਹੀਂ ਹੋਇਆ ਜਿਹੜਾ 2.5 ਚੂੜੀਆਂ, ਚੂੜੀ ਕਿੰਨੀ ਹੁੰਦੀ, ਇੱਦਾਂ ਭਰੀ, ਦੂਜੀ ਫਿਰ ਭਰ ਲਈ, ਫਿਰ ਅੱਧੀ ਰਹਿ ਗਈ, ਪੂਰੀ ਨਹੀਂ ਹੋਈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜ਼ਿਕਰ ਹੈ, ਔਰ ਪੁਰਾਣਾਂ ਦੇ ਵਿੱਚ ਜ਼ਿਕਰ ਹੈ। ਇੱਥੇ ਹਿੰਦੁਸਤਾਨ ਦੀ ਧਰਤੀ 'ਤੇ ਇੱਦਾਂ ਦੇ ਬੰਦੇ ਹੋਏ ਆ। ਇੱਕ ਬੰਦੇ ਨੇ 22 ਹਾਥੀ ਚੱਕ ਕੇ ਆਕਾਸ਼ ਨੂੰ ਮਾਰੇ ਆ, ਹਾਲੇ ਉੱਥੇ ਹੀ ਖੜ੍ਹੇ ਆ। ਕੋਈ ਦੁਨੀਆਂ ਦਾ ਸਾਇੰਸਦਾਨ ਬੰਦਾ ਚੱਕ ਕੇ ਹਾਥੀ ਮਾਰੇ, ਪਹਿਲਾਂ ਆ ਜਾਣਾ ਹਾਥੀ ਥੱਲੇ। ਕੋਈ ਬਾਹਰਲੇ ਮੁਲਕਾਂ ਵਿੱਚ ਦੱਸੋ ਕੋਈ ਇੱਦਾਂ ਦਾ ਬੰਦਾ ਹੋਇਆ। ਮੈਂ ਤੁਹਾਨੂੰ ਤਾਂ ਇਹ ਗੱਲ ਦੱਸਦਾ ਕਿ ਪਵਿੱਤਰ ਧਰਤੀਆਂ 'ਤੇ ਇੱਦਾਂ ਦੇ ਮਹਾਂਪੁਰਸ਼ ਦੁਨੀਆਂ ਨੂੰ ਤਾਰਨ ਵਾਸਤੇ ਹੀ ਆਉਂਦੇ ਆ। ਇਹ ਕੇਵਲ ਹਿੰਦੁਸਤਾਨ ਨੂੰ ਹੀ ਤਾਰਨ ਨਹੀਂ ਆਉਂਦੇ, ਸ੍ਰਿਸ਼ਟੀ ਨੂੰ ਤਾਰਨ ਆਉਂਦੇ ਆ। ਬੜੇ ਬੜੇ ਵਿਦਵਾਨ ਪੁਰਸ਼ ਇਸ ਧਰਤੀ 'ਤੇ ਹੋਏ ਆ, ਬੜੇ ਬੜੇ ਵੇਦ ਗ੍ਰੰਥ ਸ਼ਾਸਤਰ ਪ੍ਰਾਣ, ਜੋ ਦੁਨੀਆਂ ਦਾ ਦਿਮਾਗ ਹੈ ਸਾਰਾ ਇੱਥੇ ਹੀ ਲਿਖਿਆ ਗਿਆ। ਜਿਨ੍ਹਾਂ ਦੀ ਯਾਦ ਮਨਾਉਣ ਲੱਗੇ ਹਾਂ, ਉਹਨਾਂ ਦਾ ਇਹ ਬਚਨ ਸੀ ਕਿ ਇਹ ਹਿੰਦੁਸਤਾਨ ਇੱਕ ਦੁਨੀਆਂ ਦਾ ਹੈੱਡ ਹੈ, ਹੈੱਡ ਦਿਮਾਗ ਹੈ। ਇੱਥੇ ਜਿਹੜਾ ਪੈਦਾ ਹੋਇਆ, ਇੱਥੇ ਬੜੇ ਬੜੇ ਮਹਾਤਮਾ ਪੁਰਸ਼ਾਂ ਦੀ ਸੰਗਤ ਕਰਕੇ ਜਿਹੜਾ ਕੋਈ ਕੁਛ ਨਾ ਕੁਛ ਪ੍ਰਾਪਤ ਕਰ ਜੂ, ਬਾਹਰ ਜਿੱਥੇ ਮਰਜ਼ੀ ਕਹਿੰਦੇ ਜਨਮ ਲੈ ਲਵੇ, ਜਿੱਥੇ ਮਰਜ਼ੀ ਸੁੱਖ ਲੈ ਲਵੇ, ਜਨਮ ਸਫਲਾ ਨਹੀਂ ਹੁੰਦਾ। ਸਫਲਾ ਜਨਮ ਐਸੇ ਪੁਰਖਾਂ ਦੀ ਸੰਗਤ ਨਾਲ ਹੁੰਦਾ
ਸਫਲ ਜੀਵਨ ਸਫਲ ਤਾਂ ਕਾ ਸੰਗ ਜਾਂ ਕਹਿ ਮਨ ਲਾਗਾ ਹਰ ਰੰਗ। ਜਿਨ੍ਹਾਂ ਦੇ ਮਨ ਨੂੰ ਪਰਮੇਸ਼ੁਰ ਦੇ ਨਾਮ ਦਾ ਰੰਗ ਲੱਗਿਆ ਹੋਵੇ ਉਹਨਾਂ ਦੀ ਸੰਗਤ ਕੀਤੀ ਵੀ ਸਫਲ ਹੈ, ਉਹਨਾਂ ਦੀ ਸੰਗਤ ਕਰਕੇ ਜੀਵਨ ਵੀ ਮਨੁੱਖ ਦਾ ਸਫਲ ਹੈ। ਭਲਿਆਂ ਪੁਰਸ਼ਾਂ ਦੀ ਸੰਗਤ ਮਨੁੱਖ ਦਾ ਜੀਵਨ ਬਣਾ ਦਿੰਦੀ ਹੈ, ਭਲਿਆਂ ਪੁਰਸ਼ਾਂ ਦੀ ਸੰਗਤ ਮਨੁੱਖ ਦੇ ਜੀਵਨ ਨੂੰ ਮੋੜ ਦੇ ਦਿੰਦੀ ਹੈ। ਇਹ ਧਰਤੀ ਪਵਿੱਤਰ ਧਰਤੀ ਹੈ, ਬੜੇ ਬੜੇ ਪੈਗੰਬਰ ਸਤਿਯੁਗ ਤੋਂ ਲੈ ਕੇ ਇੱਥੇ ਆਏ, ਦਮੇਲੀ ਮਹਾਂਪੁਰਸ਼ ਸਨ, ਮਸਤ ਬਾਬਾ ਗਿਆਨ ਚੰਦ ਜੀ ਉਹ ਸਾਰੀ ਦਿਹਾੜੀ ਇੱਦਾਂ ਫੱਟੇ 'ਤੇ ਬੈਠੇ ਰਹਿੰਦੇ ਸੀ, ਖਾ ਵੀ ਲੈਂਦੇ ਸੀ ਅਤੇ ਕਦੀ ਬਾਹਰ ਅੰਦਰ ਜਾਂਦੇ ਕਿਸੇ ਨੇ ਦੇਖੇ ਨਹੀਂ ਸੀ, ਦਿਨ ਰਾਤ ਇੱਦਾਂ ਹੀ ਫੱਟੇ 'ਤੇ ਬੈਠੇ ਰਹਿਣਾ। ਸੰਤ ਮਹਾਰਾ ਹਰਖੋਵਾਲ ਜੀ ਉਹਨਾਂ ਦਾ ਬਚਨ ਬਹੁਤ ਮੰਨਦੇ ਸੀ, ਉਹਨਾਂ ਦਾ ਬਚਨ ਮੰਨ ਕੇ ਡਮੇਲੀ ਤਾਂ ਗਏ ਸੀ, ਕਹਿੰਦੇ ਸੀ ਇੱਥੇ ਨੂੰ ਮੁੜ ਕੇ ਆ ਜਾਈ, ਆਪਣੇ ਗੁਰੂਆਂ ਦਾ ਦਿਨ ਹਰਖੋਵਾਲ ਆਪਣੀ ਦੇਖ ਰੇਖ ਵਿੱਚੋਂ ਮਨਾਉਂਦੇ ਹੁੰਦੇ ਸੀ। 28 ਅੱਸੂ ਦਾ 28 ਅੱਸੂ ਮਨਾਉਣ ਗਏ ਸੀ ਡਮੇਲੀ ਤੋਂ ਹਰਖੋਵਾਲ ਨੂੰ, ਮਸਤਾਂ ਨੇ ਕਿਹਾ ਮੁੜ ਕੇ ਇੱਥੇ ਨੂੰ ਆ ਜਾਈ, ਉਹਨਾਂ ਦਾ ਬਚਨ ਮੰਨ ਕੇ ਮੁੜ ਕੇ ਡਮੇਲੀ ਆ ਕੇ ਉੱਥੇ ਸਰੀਰ ਛੱਡਿਆ। ਉਹ ਕਹਿੰਦੇ ਸੀ ਇਹਨਾਂ ਮਸਤਾਂ ਦਾ ਸਾਰੀ ਦੁਨੀਆ 'ਤੇ ਪਹਿਰਾ, ਸਾਰੀ ਦੁਨੀਆ 'ਤੇ ਪਹਿਰਾ, ਜਿੰਨੀ ਦੁਨੀਆ ਦੀ ਟ੍ਰੈਫਿਕ ਹੈ ਸਾਰੀ 'ਤੇ ਇਹਨਾਂ ਦਾ ਪਹਿਰਾ। ਰਾਤ ਨੂੰ ਬੈਠੇ ਬਚਨ ਕਰਦੇ ਰਹਿੰਦੇ ਸੀ। ਹੋਰ ਵੀ ਵੱਡੇ ਵੱਡੇ ਮਹਾਨ ਯੁੱਗ ਪੁਰਸ਼, ਸਾਰੀ ਸ੍ਰਿਸ਼ਟੀ ਦਾ ਕਾਰ ਵਿਹਾਰ ਇਸ ਹਿੰਦੁਸਤਾਨ ਦੀ ਧਰਤੀ ਤੋਂ ਚੱਲਦਾ। ਇੱਕ ਮਹਾਨ ਪੁਰਸ਼ ਮਾਲਵੇ ਦੀ ਧਰਤੀ 'ਤੇ ਮਹਾਂ ਹਰਨਾਮ ਸਿੰਘ ਹੋਏ ਨੇ ਭੁੱਚੋਂ ਵਾਲੇ। ਉਹ ਜਦੋਂ ਇੱਦਾਂ ਬਾਹਰ ਕੱਚੀ ਧਰਤੀ 'ਤੇ ਬਹਿੰਦੇ ਸੀ ਅਤੇ ਮਿੱਟੀ ਦੀਆਂ ਛੋਟੀਆਂ ਛੋਟੀਆਂ ਢੇਰੀਆਂ ਲਾ ਕੇ ਬਹਿ ਜਾਂਦੇ ਸੀ, ਮੋਹਰੇ ਇੱਦਾਂ ਰੇਤੇ ਦੇ ਵਿੱਚ ਛੋਟੀਆਂ ਛੋਟੀਆਂ ਢੇਰੀਆਂ ਲਾ ਲੈਣੀਆਂ, ਉੱਥੋਂ ਹੀ ਢੇਰੀ ਪਿੱਛੇ ਨੂੰ ਕਰੀ ਜਾਣੀ, ਕੋਈ ਮੋਹਰ ਨੂੰ ਕਰੀ ਜਾਣੀ। ਇਹ ਹੁਣ ਜਪਾਨ ਮੋਹਰ ਨੂੰ ਆਉਂਦਾ ਇਹਨੂੰ ਪਿੱਛੇ ਨੂੰ ਕਰਦੇ, ਇਹ ਅਮਰੀਕਾ ਮੋਹਰ ਨੂੰ ਆਉਂਦਾ ਇਹਨੂੰ ਪਿੱਛੇ ਕਰ, ਇਹਨੂੰ ਮੋਹਰੇ। ਉੱਥੋਂ ਬੈਠੇ ਹੀ ਢੇਰੀਆਂ ਕਮਾਈ ਜਾਂਦੇ ਸੀ, ਅੱਗੇ ਪਿੱਛੇ ਕਰੀ ਜਾਂਦੇ। ਸਾਰੀ ਸ੍ਰਿਸ਼ਟੀ ਦਾ ਕਾਰ ਵਿਹਾਰ ਹਿੰਦੁਸਤਾਨ ਦੀ ਧਰਤੀ 'ਤੇ ਜਿਨ੍ਹਾਂ ਦੀ ਯਾਦ ਮਨਾਉਣ ਬੈਠੇ ਹਾਂ, ਉਹਨਾਂ ਨੇ ਬਾਹਰਲੇ ਮੁਲਕਾਂ ਦਾ ਹੀ ਭਾਰ ਚੱਕਿਆ ਇੱਥੇ ਬੈਠਿਆਂ ਨੇ। ਦਮਦਮੀ ਟਕਸਾਲ ਦੇ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਦਾ ਬਹੁਤ ਪਿਆਰ ਸੀ ਇਹਨਾਂ ਦੇ ਨਾਲ। ਇੱਕ ਵਾਰੀ ਉਹ ਆਏ, ਕਹਿੰਦੇ ਮਹਾਰਾਜ ਦੁਨੀਆ ਦਾ ਕੀ ਹਾਲ ਹੈ, ਹੁਣ ਹੋਵੇਗਾ ਗਾਹਾਂ ਦਾ ਆਉਣ ਵਾਲਾ ਭਵਿੱਖ ਕੀ ਹੈ। ਕਹਿੰਦੇ ਗਿਆਨੀ ਜੀ, ਆਉਣ ਵਾਲਾ ਭਵਿੱਖ ਬਹੁਤ ਮਾੜਾ, ਇੰਨੀ ਤਬਾਹੀ ਹੋਣੀ ਹੈ ਕਿ 12-12 ਕੋਹ 'ਤੇ ਦੀਵਾ ਜਗੂਗਾ, ਬਹੁਤ ਦੁਨੀਆ ਮਰ ਜਾਣੀ ਹੈ। ਕਹਿੰਦੇ ਮਹਾਰਾਜ ਫਿਰ ਇਹਦਾ ਉਪਾਅ ਕੀ ਹੈ। ਕਹਿੰਦੇ ਜਦੋਂ ਪਾਪ ਕਰਮ ਖਤਮ ਕਰਨਾ ਹੋਵੇ ਤਾਂ ਉਹਦੀ ਇਹਬਜ ਦੇਣੀ ਪੈਂਦੀ ਆ, ਪਾਪ ਵੱਧ ਜਾਵੇ ਉਹਨੂੰ ਫਿਰ ਪੈਗੰਬਰ ਪੀਰ ਹੀ ਤਾ ਮੋੜ ਦਿੱਤੇ ਆ, ਨਹੀਂ ਤਾਂ ਮੋੜ ਦਿੱਤਾ ਨਹੀਂ ਜਾਂਦਾ। ਕਈ ਵਾਰੀ ਪਾਪ ਕਰਮ ਵੱਧ ਜਾਂਦਾ, ਦੁਨੀਆ 'ਚ ਭੁਚਾਲ ਆ ਕੇ ਦੁਨੀਆ ਮਰ ਜਾਂਦੀ ਆ, ਜਾਂ ਕੋਈ ਮਹਾਂਪੁਰਸ਼ ਬਚਾ ਦੇਵੇ ਤਾਂ ਵੱਖਰੀ ਗੱਲ ਹੈ। ਇਹ ਤਾਂ ਕਹਿੰਦੇ ਐਡੀ ਭਾਰੀ ਆਫਤ ਹੈ ਕਿ ਕੋਈ ਬ੍ਰਹਮ ਅਵਸਥਾ ਵਾਲਾ ਸਾਧੂ ਉਹ ਆਪਣਾ ਸਿਰ ਦੇ ਦੇਵੇ ਤਾਂ ਪੂਰਾ ਹੋ ਸਕਦਾ, ਇਸ ਬਚਾਅ ਹੋ ਸਕਦਾ, ਨਹੀਂ ਹੋ ਨਹੀਂ ਸਕਦਾ। ਬਾਬਾ ਗੁਰਬਚਨ ਸਿੰਘ ਜੀ ਦਾ ਭਰੋਸਾ ਬੜਾ ਸੀ, ਕਹਿੰਦੇ ਤੁਹਾਡੇ ਤੋਂ ਸਮਰੱਥ ਤਾਂ ਇਸ ਵੇਲੇ ਸਾਨੂੰ ਕੋਈ ਮਹਾਂਪੁਰਸ਼ ਦਿਸਦਾ ਨਹੀਂ ਹੈ। ਕਹਿੰਦੇ ਗਿਆਨੀ ਜੀ, ਇਹ ਸਾਨੂੰ ਨਿਰੰਕਾਰ ਦਾ ਹੁਕਮ ਹੋਇਆ ਅਤੇ ਫਿਰ ਅਸੀਂ ਇਹ ਕੰਮ ਕਰ ਦੇਵਾਂਗੇ। ਉਸ ਵੇਲੇ ਸਾਧ ਸੰਗਤ ਜੀ, ਤੁਹਾਨੂੰ ਚੇਤਾ ਹੋਊਗਾ, ਨਾਗਾਸਾਕੀ ਹੀਰੋਸ਼ੀਮਾ ਜਪਾਨ ਦੇ ਬਹੁਤ ਸੁੰਦਰ ਸ਼ਹਿਰ ਸੀ, ਉਹਨਾਂ ਦੇ ਉੱਪਰ ਉਸ ਵੇਲੇ ਬੰਬ ਸਿੱਟੇ,
ਹਾਲੇ ਤੱਕ ਉੱਥੇ ਨਿਆਣੇ ਜਿਹੜੇ ਜੰਮਦੇ ਆ ਉਹਨਾਂ 'ਤੇ ਅਸਰ ਹੈ, ਧਰਤੀ 'ਤੇ ਕੁਛ ਜੰਮਦਾ ਨਹੀਂ ਉੱਥੇ ਹਾਲੇ ਵੀ। ਉਸ ਬੰਬ ਦੀ ਪਾਵਰ ਦੇ ਨਾਲ 20,000 ਵੱਧ ਪਾਵਰ ਦੇ ਜਿਹੜਾ ਅਸਲਾ ਸੀ ਬੰਬ ਸੀ ਅਮਰੀਕਾ ਰੂਸ ਵਰਗੇ ਮੁਲਕਾਂ ਨੇ ਤਿਆਰ ਕਰਕੇ ਰੱਖ ਲਿਆ ਸੀ ਅਤੇ ਸਿਰਫ ਬਟਣੇ ਹੀ ਦੱਬਣਾ ਸੀ, ਦੁਨੀਆ ਸਾਰੀ ਫਨਾਹ ਹੋ ਜਾਣੀ ਸੀ। ਅਤੇ ਉਸ ਵੇਲੇ ਮਹਾਂਪੁਰਸ਼ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਡਮੇਲੀ 1 ਮਹੀਨਾ ਮੰਜੇ 'ਤੇ ਰਹੇ। 1 ਦਿਹਾੜੀ ਦਾ 2 ਕਿਲੋ ਮੱਖਣ ਸਰੀਰ 'ਤੇ ਲਾਉਂਦੇ ਸੀ ਔਰ ਪਤਾ ਨਹੀਂ ਲੱਗਦਾ ਸੀ ਕਿੱਥੇ ਗਿਆ। 2 ਕਿਲੋ ਮੱਖਣ ਤੁਸੀਂ ਕਿਸੇ ਡੰਗਰ ਨੂੰ ਚਾਰ ਦਿਓ, ਉਹਨੂੰ ਪਚਦਾ ਨਹੀਂ ਹੈ। 2 ਕਿਲੋ ਮੱਖਣ ਕਿਸੇ ਪਸ਼ੂ ਨੂੰ ਚਾਰ ਦਿਓ, ਵੱਡੇ ਭਾਰੀ ਨੂੰ ਪਚਾਉਂਦਾ ਨਹੀਂ ਹੈ ਉਹ। ਔਰ 2 ਕਿਲੋ ਸਰੀਰ ਦਾ ਪਤਾ, ਸਰੀਰ 'ਤੇ ਪਤਾ ਨਹੀਂ ਸੀ ਲੱਗਦਾ ਉਹ ਕੇ ਚਲੇ ਕਿੱਥੇ ਗਏ। 1 ਦਿਨ ਉਹਨਾਂ ਦੇ ਸੇਵਕ ਆਏ ਬਾਬਾ ਗੁਰਬਚਨ ਸਿੰਘ, ਉਸ ਵੇਲੇ ਬਹੁਤ ਸਰੀਰ ਤਕਲੀਫ ਵਿੱਚ ਸੀ, ਆ ਕੇ ਮੱਥਾ ਟੇਕ ਕੇ ਹੌਲੀ ਦਾਣੀ ਕੰਨ ਦੇ ਕੋਲ ਨੂੰ ਹੋ ਕੇ ਪੁੱਛਣ ਲੱਗੇ, ਕਹਿੰਦੇ ਮਹਾਰਾਜ ਸਰੀਰ ਨੂੰ ਕਿੰਨੀ ਕੁ ਤਕਲੀਫ ਆ। ਕਹਿੰਦੇ ਗੁਰਬਚਨ ਸਿੰਘ, ਜੇ ਸਾਰੇ ਹਿੰਦੁਸਤਾਨ ਦੇ ਜਿੰਨੇ ਜੀਵ ਆ, ਬੱਚੇ ਬੁੱਢੇ ਬੀਬੀਆਂ, ਇਹਨਾਂ ਨੂੰ ਜੇ ਅਸੀਂ ਇੰਨੀ ਇੰਨੀ ਵੰਡ ਕੇ ਮੈਂ ਸਾਰਿਆਂ ਨੂੰ ਦੇ ਦੇਵਾਂ ਨਾ, ਕਹਿੰਦੇ ਤੜਫ ਤੜਫ ਕੇ ਮਰ ਜੂਗੇ ਸਾਰੇ, ਇੰਨੀ ਤਕਲੀਫ ਹੈ। ਸਾਧ ਸੰਗਤ ਜੀ ਜਦੋਂ ਆਖਰੀ ਦਿਨ ਸਰੀਰ ਛੱਡਣ ਦਾ ਆਇਆ ਅਤੇ ਜਦੋਂ ਸਰੀਰ ਤੜਕੇ 3 ਵਜੇ ਰਾਤ ਨੂੰ ਹੀ ਜਦੋਂ ਆਰਾਮ ਕਰਨ ਦਾ ਟਾਈਮ ਹੈ, ਉਸ ਵੇਲੇ ਖੰਘਣ ਲੱਗ ਗਏ, ਖੰਘੀ ਗਏ ਸਾਰੀ ਰਾਤ ਖੰਘੀ ਗਏ। ਉਹ ਮੋਹਰੇ ਬਾਟੀ ਰੱਖੀ ਹੋਈ ਸੀ, ਇੱਕ ਉਹਦੇ ਥੁੱਕਣ ਵਾਸਤੇ ਰੱਖੀ ਹੋਈ ਸੀ, ਉਸ ਸਾਰੀ ਰਾਤ ਖੰਘਦੇ ਰਹੇ, ਬੈਠੇ ਰਹੇ, ਬਹੁਤ ਸਰੀਰ ਕਮਜ਼ੋਰ ਹੋ ਗਿਆ ਅਤੇ ਇੱਦਾਂ ਦੁਵੱਲੇ ਬਾਹੀਆਂ ਫੜੀਆਂ ਸੀ ਅਤੇ ਇੱਦਾਂ ਬੈਠੇ ਸੀ। ਉਮਰ ਤਾਂ ਥੋੜ੍ਹੀ ਸੀ, 68 ਸਾਲ ਦੀ ਉਮਰ ਕੋਈ ਬਹੁਤੀ ਨਹੀਂ ਹੁੰਦੀ, 68 ਸਾਲ ਦੇ ਤੁਹਾਡੇ ਵਿੱਚ ਬਹੁਤ ਬੈਠੇ ਹੋਣੇ। ਜਦੋਂ ਕਿਸੇ 'ਤੇ ਬਹੁਤ ਭਾਰੀ ਵਜ਼ਨ ਚੱਕਣਾ ਪੈ ਜਾਵੇ, ਸਰੀਰਾਂ ਦੇ ਵਿੱਚ ਫਿਰ ਬਲ ਰਹਿੰਦੇ ਨਹੀਂ, ਇਹ ਤਾਂ ਰੱਬੀ ਪਾਵਰਾਂ ਹੀ ਚੱਕਦੀਆਂ ਇਹਨਾਂ ਬਲਾਂ ਇਹਨਾਂ ਕੰਮਾਂ ਨੂੰ। ਇੱਦਾਂ ਬਾਹੀਆਂ ਫੜ ਕੇ ਬੈਠੇ ਸੀ, ਜਾਂ 3 ਕੁ ਵਜੇ ਦਾ ਸਮਾਂ ਆਇਆ ਅਤੇ ਫਿਰ ਉਹ ਜਿਹੜਾ ਖੰਘ ਦੀ ਬਲਗਮ ਸੀ ਅਤੇ ਉਹ ਪੱਟੀ ਗਈ ਅਤੇ ਸਿੰਘ ਨੇ ਨੱਠ ਕੇ ਮੋਹਰੇ ਫਿਰ ਬਾਟਾ ਕੀਤਾ, ਇੱਕ ਰੱਖਿਆ ਹੋਇਆ ਸੀ ਇੱਦਾਂ ਬਾਟਾ ਮੋਹਰੇ ਕੀਤਾ, ਇੱਦਾਂ ਜਾਂ ਥੁੱਕਿਆ ਤਾਂ ਐਡਾ ਵੱਡਾ ਗੋਲਾ ਲਹੂ ਦਾ ਵੱਜਾ ਆ, ਸਖ਼ਤ ਗੋਲਾ ਉਹਦੇ ਵਿੱਚ ਲਹੂ ਦਾ ਇਸ ਥੁੱਕਿਆ। ਉਹ ਸਿੰਘ ਨੇ ਜਾਂ ਲੋਹ ਵਿੱਚ ਦੇਖਿਆ, ਕਹਿੰਦਾ ਮਹਾਰਾਜ ਇਹ ਤਾਂ ਲਹੂ ਦਾ ਬਲਗਮ ਆ, ਲਹੂ ਦਾ ਗੋਲਾ ਬਣਿਆ ਇਹ। ਹੌਲੀ ਦਾਣੀ ਕਹਿੰਦੇ ਜਿਹੜੇ ਦੁਨੀਆਂ 'ਤੇ ਐਟਮ ਬੰਬ ਚੱਲਣੇ ਸੀ ਹੁਣ ਚੱਲੂਗੇ ਨਹੀਂ, ਉਹ ਕਹਿੰਦੇ ਸਾਡੇ ਸਰੀਰ 'ਤੇ ਚੱਲ ਗਏ ਹੁਣ। ਸਵੇਰ ਨੂੰ 7:47 'ਤੇ ਸਰੀਰ ਛੱਡ ਦਿੱਤਾ। ਗੱਲ ਮਤਲਬ ਇਹ ਹੈ ਕਿ ਹਿੰਦੁਸਤਾਨ ਦੁਨੀਆਂ ਦਾ ਹੈੱਡ ਹੈ, ਇੱਥੋਂ ਹੀ ਮਹਾਤਮਾ ਪੁਰਸ਼ ਬੈਠੇ ਦੁਨੀਆਂ ਸਾਰੀ ਸ੍ਰਿਸ਼ਟੀ ਨੂੰ ਦੇਖੀ ਜਾਂਦੇ ਆ ਅਤੇ ਆਉਂਦੇ ਵੀ ਸੱਚਖੰਡ ਵਿੱਚੋਂ ਇੱਥੇ ਹੀ ਆ, ਸਿੱਧੇ ਇੱਥੋਂ ਹੀ ਸੱਚਖੰਡ ਨੂੰ ਜਾਂਦੇ ਆ। ਜਿੰਨੇ ਭਗਤ ਬਾਣੀ ਆ ਗੁਰੂ ਗ੍ਰੰਥ ਸਾਹਿਬ ਸਾਰੇ ਹਿੰਦੁਸਤਾਨ ਦੀ ਧਰਤੀ 'ਤੇ ਪੈਦਾ ਹੋਏ। ਹਜ਼ਰਤ ਮੁਹੰਮਦ ਸਾਹਿਬ ਉਹ ਵੀ ਅਰਬਾਂ ਦੇ ਏਰੀਏ ਵਿੱਚੋਂ ਥੋੜ੍ਹਾ ਏਰੀਆ ਇਹ ਆਉਂਦਾ ਹੈ ਭਾਰਤ ਖੰਡ ਵਿੱਚ। ਹਜ਼ਰਤ ਮੁਹੰਮਦ ਸਾਹਿਬ ਪਰਵਾਨ ਆਏ ਨੇ ਦਰਗਾਹ ਦੇ ਵਿੱਚੋਂ, ਉਹਨਾਂ ਦਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਨਾਂ ਵੀ ਲਿਖਿਆ ਆਪਣੀ 10ਵੇਂ ਗ੍ਰੰਥ ਦੀ ਬਾਣੀ ਦੇ ਵਿੱਚ। ਭਾਵੇਂ ਕ੍ਰਿਸਚਨ ਪੰਥ ਬਹੁਤ ਚੱਲ ਗਿਆ,
ਜਦੋਂ ਗੁਰੂ ਨਾਨਕ ਸਾਹਿਬ ਆਏ ਉਦੋਂ 1469 ਸਾਲ ਈਸਾ ਜੀ ਨੂੰ ਜਨਮਿਆਂ ਨੂੰ ਹੋਇਆ ਸੀ। ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾ ਈਸਾ ਜੀ ਦਾ ਨਾਮ ਹੈ, ਨਾ ਕਿਤੇ ਦਸਮ ਗ੍ਰੰਥ ਦੀ ਪਵਿੱਤਰ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਕਿਤੇ ਈਸਾ ਦਾ ਨਾਮ ਹੈ। ਕਿਸੇ ਦੀ ਨਿੰਦਿਆ ਨਹੀਂ, ਜਿਹੜੇ ਪ੍ਰਵਾਨ ਦਰਗਾਹ ਵਿੱਚੋਂ ਭੇਜੇ ਹੋਏ ਡਿਊਟੀਆਂ ਲਾ ਕੇ ਉਹਨਾਂ ਦੇ ਨਾਮ ਲਿਖੇ ਹੋਏ ਆ। ਦੱਤਾਤਰੇਆ ਦਾ ਨਾਮ ਲਿਖਿਆ, ਉਹਦਾ ਪੰਥ ਚੱਲਦਾ, ਉਹਦਾ ਦਸਮ ਗ੍ਰੰਥ ਦੀ ਬਾਣੀ ਵਿੱਚ ਨਾਮ ਹੈ। ਗੋਰਖਨਾਥ ਦੇ ਪੰਥ ਚੱਲਦੇ ਆ, ਉਹਦਾ ਵੀ ਨਾਮ ਦਸਮ ਗ੍ਰੰਥ ਦੀ ਬਾਣੀ ਵਿੱਚ ਹੈ। ਮੁਹੰਮਦ ਸਾਹਿਬ ਜੀ ਦਾ ਨਾਮ ਹੈ, ਦਸਮ ਗ੍ਰੰਥ ਦੀ ਪਵਿੱਤਰ ਬਾਣੀ ਵਿੱਚ ਲਿਖਿਆ ਹੋਇਆ। ਰਾਮਾਨੰਦ ਜੀ ਦਾ ਪੰਥ ਚੱਲਦਾ, ਰਾਮਾਨੰਦ ਜੀ ਦਾ ਨਾਮ ਦਸਮ ਗ੍ਰੰਥ ਦੀ ਪਵਿੱਤਰ ਬਾਣੀ ਵਿੱਚ ਸਾਹਿਬਾਂ ਨੇ ਲਿਖਿਆ ਹੋਇਆ। ਬੜੇ ਬੜੇ ਪੈਗੰਬਰ ਜਿਹੜੇ ਆਏ ਆ ਸਾਰਿਆਂ ਦੇ ਨਾਮ ਲਿਖੇ, ਜਿਹੜੇ ਦਰਗਾਹ ਵਿੱਚੋਂ ਆਏ ਉਹਨਾਂ ਦੇ ਲਿਖੇ ਆ। ਬਾਕੀ ਠੀਕ ਹੈ, ਕੋਈ ਕਿਸੇ ਦਾ ਵੱਧਦਾ ਪੰਥ ਘੱਟਦਾ ਇਹਦੇ ਨਾਲ ਤਾਂ ਕੋਈ ਮਤਲਬ ਨਹੀਂ ਹੈ। ਮੈਂ ਤੁਹਾਨੂੰ ਜਿਹੜੀ ਸੱਚਾਈ ਦੱਸੀ ਹੈ, ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਤੁਸੀਂ ਦੇਖਿਓ ਨਾਮ ਨਹੀਂ ਮਿਲੇਗਾ। ਸੋ ਉਹਨਾਂ ਦੀ ਮਹਾਂਪੁਰਸ਼ਾਂ ਦੀ ਯਾਦ ਤੁਸੀਂ ਮਨਾਉਣ ਬੈਠੇ ਹੋ, ਜਦੋਂ ਕਿਸੇ ਦੇ ਪੁੱਤ ਦੀ ਵਡਿਆਈ ਕਰੀਏ, ਕਿਸੇ ਦੇ ਮੁੰਡੇ ਦੀ ਵਡਿਆਈ ਕਰੀਏ, ਉਹਦੇ ਪੇ ਦੀ ਬਹੁਤੀ ਵਡਿਆਈ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਕਹਿੰਦੇ ਕਿਹਦਾ ਮੁੰਡਾ ਹੈ, ਫਲਾਣੇ ਦਾ ਮੁੰਡਾ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਇਹ ਬਚਨ ਲਿਖਿਆ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ, ਹਰ ਦਾਸਨ ਕੀ ਉਸਤਤ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਪਰਮੇਸ਼ੁਰ ਨੂੰ ਆਪਣੀ ਵਡਿਆਈ ਭਾਵੇਂ ਚੰਗੀ ਲੱਗਦੀ ਹੈ, ਆਪਣਿਆਂ ਜਨਾਂ ਦੀ ਜੈ ਜੈਕਾਰ ਕਰਾਉਂਦਾ, ਹਰ ਆਪਣਿਆਂ ਭਗਤਾਂ ਕੀ ਪੈਰੀਂ ਪਾਵੈ। ਆਪਣਿਆਂ ਪਿਆਰਿਆਂ ਦੇ ਸੰਸਾਰ ਨੂੰ ਪੈਰੀਂ ਪੈਂਦਾ ਦੇਖ ਕੇ ਉਹ ਖੁਸ਼ ਹੁੰਦਾ ਹੈ ਕਿ ਮੇਰਿਆਂ ਪੁੱਤਾਂ ਦੇ, ਮੇਰੇ ਮੈਨੂੰ ਜਪਣ ਵਾਲਿਆਂ ਦੇ ਇਹ ਸਤਿਕਾਰ ਕਰਦੇ ਆ। ਕਹਿੰਦੇ ਉਹ ਵੀ ਰੱਬ ਵੀ ਖੁਸ਼ ਹੁੰਦਾ। ਜੇ ਰੱਬ ਦੀ ਖੁਸ਼ੀ ਲੈਣੀ ਹੋਵੇ, ਸਭ ਤੋਂ ਵੱਡੀ ਇੱਕ ਨੇੜੇ ਹੀ ਗੱਲ ਹੈ, ਤੁਸੀਂ ਸਾਰਿਆਂ ਗ੍ਰੰਥਾਂ ਦਾ ਨਿਚੋੜ ਕੱਢ ਕੇ ਦੇਖ ਲਿਓ। ਜਦੋਂ ਤੁਸੀਂ ਕਿਸੇ ਅਫਸਰ ਤੋਂ ਕੰਮ ਲੈਣਾ ਹੋਵੇ, ਉਦੋਂ ਧੀਆਂ ਪੁੱਤਾਂ ਨੂੰ ਖੁਸ਼ ਕਰ ਲਓ, ਅਫਸਰ ਕੰਮ ਕੱਢ ਦਿੰਦਾ। ਜਦੋਂ ਤੁਸੀਂ ਰੱਬ ਦੀ ਖੁਸ਼ੀ ਲੈਣੀ ਆ ਅਤੇ ਰੱਬ ਦੀਆਂ ਪਿਆਰਿਆਂ ਨੂੰ ਖੁਸ਼ ਕਰ ਲਓ ਅਤੇ ਰੱਬ ਦੀ ਖੁਸ਼ੀ ਮਿਲ ਜਾਂਦੀ ਹੈ। ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਬੈਠੇ ਸਨ, ਸੰਗਤ ਬਹੁਤ ਜੁੜੀ ਬੈਠੀ ਸੀ। ਬੈਠੇ ਬੈਠੇ ਪੁੱਛਣ ਲੱਗੇ, ਤੁਹਾਨੂੰ ਪਤਾ ਵੀ ਰੱਬ ਤੁਹਾਡੇ 'ਤੇ ਖੁਸ਼ ਹੈ ਕਿ ਨਾਰਾਜ਼ ਹੈ? ਕਹਿੰਦੇ ਜੀ ਪਤਾ ਨਹੀਂ ਹੈ, ਤੁਸੀਂ ਦੱਸ ਦਿਓ ਜੀ। ਕਹਿੰਦੇ ਇਹਨੂੰ ਸਾਧੂ ਦੀ ਸੰਗਤ ਮਿਲ ਗਈ, ਉਹਦੇ 'ਤੇ ਰੱਬ ਖੁਸ਼ ਹੈ। ਜਿਹੜਾ ਸਾਧੂ ਦੀ ਸੰਗਤ ਤੋਂ ਪਰੇ ਆ, ਰੱਬ ਉਹ 'ਤੇ ਨਾਰਾਜ਼ ਹੈ। ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧੂ ਦੀ ਸੰਗਤ ਕਰੋਗੇ, ਪਰਮੇਸ਼ੁਰ ਪ੍ਰਸੰਨ ਹੋ ਜੂਗਾ। ਰੱਬ ਦੇ ਮਹਿਕਮੇ ਦੇ ਨਾਲ ਪ੍ਰੇਮ ਕਰੋਗੇ, ਰੱਬ ਖੁਸ਼ ਹੋ ਜੂਗਾ। ਉਹਨਾਂ ਭਗਤਾਂ ਦੀ ਵਡਿਆਈ ਪਰਮੇਸ਼ੁਰ ਦੇਖ ਕੇ ਖੁਸ਼ ਹੁੰਦਾ ਹੈ, ਜਿਨ੍ਹਾਂ ਦੀ ਯਾਦ ਤੁਸੀਂ ਮਨਾਉਣ ਵਾਸਤੇ ਬੈਠੇ ਹੋ। ਠੀਕ ਹੈ, ਇਸ ਨਗਰ ਦੇ ਵੱਡੇ ਭਾਗ ਇੱਥੇ ਉਹ ਚਰਨ ਪਾਉਂਦੇ ਰਹੇ ਆ, ਘੋੜੇ 'ਤੇ ਆਉਂਦੇ ਹੁੰਦੇ ਸੀ। ਇਹ ਧਰਤੀ ਨਗਰ ਪਵਿੱਤਰ ਕੀਤਾ ਉਹਨਾਂ ਨੇ। ਭਾਵੇਂ ਪਰਮੇਸ਼ੁਰ ਨੂੰ ਮੰਨਣ ਵਾਲੇ ਲੋਕ ਇਸ ਪਿੰਡ ਵਿੱਚ ਬਹੁਤ ਘੱਟ ਸਨ, ਇਹ ਮੰਨੇ ਹੋਏ ਪਿੰਡ ਸਨ, ਪਰ ਅੱਜ ਜੇ ਬਹੁਤ ਆਦ ਦੇਖੀ ਆ, ਇਸ ਨਗਰ ਦੀ ਦੇਖੀ ਆ, ਸ਼ਰਧਾ ਦੇਖੀ ਆ, ਉਹਨਾਂ ਮਹਾਂਪੁਰਸ਼ਾਂ ਦੇ ਚਰਨਾਂ ਦਾ ਪ੍ਰਭਾਵ ਹੈ। ਉਹਨਾਂ ਮਹਾਂਪੁਰਸ਼ਾਂ ਦੇ ਚਰਨ ਪੈਣ ਦੇ ਨਾਲ ਹੀ ਨਗਰ ਪਵਿੱਤਰ ਹੋਇਆ। ਸਾਧੂ ਦਾ ਸਰੀਰ ਪਵਿੱਤਰ ਹੈ, ਜਿੱਥੇ ਜਾ ਕੇ ਬੈਠ ਗਿਆ ਉਹ ਧਰਤੀ ਪਵਿੱਤਰ ਹੈ। ਬਾਹਰ ਵੱਡੇ ਵੱਡੇ ਮੁਲਕ ਹੈ, ਵੱਡੇ ਵੱਡੇ ਅਮਰੀਕਾ ਵਰਗੇ ਮੁਲਕ, ਜਿਨ੍ਹਾਂ ਦੇ ਵਾਈਟ ਹਾਊਸ ਵੱਡੇ ਵੱਡੇ ਉਹਨਾਂ ਦੇ ਪ੍ਰਧਾਨ ਰਾਸ਼ਟਰਪਤੀ ਬਹਿੰਦੇ ਆ, ਕੋਈ ਦੁਨੀਆ ਦਾ ਬੰਦਾ ਉੱਥੇ ਮੱਥਾ ਟੇਕਣ ਨਹੀਂ ਜਾਂਦਾ। ਦਿੱਲੀ ਚਲੇ ਜਾਓ, ਪ੍ਰਧਾਨ ਮੰਤਰੀ ਦੀ ਕੋਠੀ ਨੂੰ ਜਾ ਕੇ ਮੱਥਾ ਨਹੀਂ ਕੋਈ ਟੇਕਦਾ।
ਇਹ ਹਿੰਦੁਸਤਾਨ ਦੀ ਧਰਤੀ 'ਤੇ ਜਗ੍ਹਾ ਜਗ੍ਹਾ ਦੁਨੀਆ ਮੱਥੇ ਟੇਕਦੀ ਹੈ। ਹਰਖੋਵਾਲ ਚਲੇ ਜਾਓ, ਕਾਨਿਆਂ ਦੀ ਸ਼ਾਨ ਹੈ, ਬੜੇ ਬੜੇ ਰਾਜੇ ਆ ਕੇ ਉੱਥੇ ਨੰਮੇ ਪੈ ਕੇ ਮੱਥੇ ਟੇਕਦੇ ਆ। ਇਹ ਸਾਧੂ ਦੇ ਚਰਨ ਦੀ ਮਹਾਨਤਾ, ਕਿਸੇ ਦੇ ਮੱਥੇ ਨੂੰ ਸਾਧੂ ਦਾ ਚਰਨ ਛੋ ਗਿਆ, ਪਵਿੱਤਰ ਹੋ ਗਿਆ। ਕੱਪੜੇ ਨੂੰ ਸਾਧੂ ਦਾ ਸਰੀਰ ਲੱਗ ਗਿਆ, ਕੱਪੜਾ ਪਵਿੱਤਰ ਹੋ ਗਿਆ। ਇੱਕ ਰੁਪਈਆ ਸਾਧੂ ਦੇ ਹੱਥੋਂ ਨਿਕਲ ਕੇ ਚਲੇ ਗਿਆ, ਜਣੇ ਖਣੇ ਦਾ ਥੁੱਕ ਲੱਗਣੇ ਤਾਂ ਰੁਪਈਆ ਹੀ ਬਚ ਜਾਂਦਾ, ਨਹੀਂ ਤਾਂ ਸਾਰੇ ਰੁਪਈਏ ਹਰੇਕ ਬੰਦੇ ਦੇ ਥੁੱਕ ਦੇ ਥੱਲੇ 'ਚ ਹੀ ਲੰਘਦੇ ਆ। ਜਿਹਨੂੰ ਸਾਧੂ ਹੱਥ ਲਾ ਕੇ ਰੁਪਈਆ ਦੇ ਦੇਵੇ, ਉਹ ਰੁਪਈਏ ਨੂੰ ਸੰਭਾਲ ਕੇ ਰੱਖ ਲੈਂਦੇ ਆ, ਹਰੇਕ ਬੰਦੇ ਦਾ ਥੁੱਕ ਨਹੀਂ ਲੱਗਦਾ ਉਹਨੂੰ। ਇਹ ਸਾਧੂ ਦੀ ਮਹਾਨਤਾ, ਨਾਮ ਜਪਣ ਵਾਲਿਆਂ ਦੀ ਮਹਾਨਤਾ। ਸਾਡੇ ਉੱਥੇ ਗੜਸ਼ੰਕਰ ਪ੍ਰੇਮੀ ਨੇ ਆ ਕੇ ਬੇਨਤੀ ਕੀਤੀ, ਉੱਥੇ ਗੜਸ਼ੰਕਰ ਗਏ ਹੋਏ ਸੀ ਇੱਕ ਵਾਰ, ਜਦੋਂ ਅਨੰਦਪੁਰ ਸਾਹਿਬ ਨੂੰ ਜਾਂਦੇ ਹੁੰਦੇ ਸੀ ਅਤੇ ਵਿੱਚ ਦੀ ਲੰਘ ਜਾਂਦੇ ਸੀ। ਉਹ ਪ੍ਰੇਮੀ ਕਹਿਣ ਲੱਗਿਆ, ਮਹਾਰਾਜ ਮੇਰੇ ਘਰ ਚਰਨ ਪਾ ਦਿਓ। ਕਹਿੰਦੇ ਨਹੀਂ। ਕਹਿੰਦਾ ਮਹਾਰਾਜ ਘਰ ਮੇਰਾ ਨੇੜੇ ਹੀ ਆ। ਉਹਦੇ ਘਰ ਦੇ ਮੂਹਰੇ ਗਏ, ਗੇਟ ਦੇ ਮੂਹਰੇ ਇੱਕ ਆ ਚੱਕੀ ਦੇ ਪੋੜ ਹੁੰਦੇ ਆ, ਉਹ ਚੱਕੀ ਦਾ ਪੋੜ ਪਿਆ। ਉਹ ਚੱਕੀ ਦੇ ਪੋੜ ਦੇ ਉੱਤੇ ਟੁੱਟਾ ਆ ਸੀ, ਇੱਕ ਪਾਸੇ ਨੂੰ ਲਾ ਕੇ ਗੇਟ ਦੇ ਮੂਹਰੇ ਰੱਖਿਆ ਹੋਇਆ ਸੀ। ਉਹਦੇ ਉੱਤੇ ਪੈਰ ਰੱਖ ਕੇ ਇੱਦਾਂ ਕਹਿੰਦੇ, ਲੈ ਵੀ ਸਿੱਖਾ ਠੀਕ ਹੈ? ਕਹਿੰਦਾ ਮਹਾਰਾਜ ਠੀਕ ਹੈ। ਉਹ ਅਖੀਰ ਤੱਕ ਮਰ ਗਿਆ, ਪੱਥਰ ਨੂੰ ਹੀ ਮੱਥਾ ਟੇਕੀ ਗਿਆ। ਘਰ ਦੇ ਕਹਿੰਦੇ ਸਦਾਈ ਹੋ ਗਿਆ, ਉਹਨੇ ਅੰਦਰੋਂ ਨਿਕਲਣਾ ਪੱਥਰ ਨੂੰ ਮੱਥਾ ਟੇਕ ਲਿਆ। ਉਹ ਘਰ ਦੇ ਕਹਿੰਦੇ ਇਹਦਾ ਦਿਮਾਗ 'ਚ ਨੁਕਸ ਪੈ ਗਿਆ। ਨਾਮ ਜਪਣ ਵਾਲਿਆਂ ਨੂੰ ਇੱਦਾਂ ਹੀ ਕਹਿੰਦੇ ਆ, ਕਹਿੰਦੇ ਦਿਮਾਗ ਖਰਾਬ ਹੋ ਗਿਆ, ਉਹਨਾਂ ਦੀ ਸੁਰਤ ਉੱਚੀ ਚੜ ਜਾਂਦੀ ਹੈ, ਉਹ ਫਿਰ ਅਗੰਮ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ। ਸੰਸਾਰੀ ਲੋਕ ਸੰਸਾਰੀ ਗੱਲਾਂ ਤੱਕ ਸੀਮਤ ਰਹਿੰਦੇ ਆ। ਜਿਹੜੇ ਬੜੇ ਬੜੇ ਮਹਾਨ ਯੁੱਗ ਪੁਰਸ਼ ਮਸਤ ਬਾਬਾ ਭਗਤ ਸਿੰਘ ਜੀ, ਸੰਤ ਬਾਬਾ ਜਵਾਲਾ ਸਿੰਘ ਜੀ ਦੇ ਚਰਨਾਂ 'ਚੋਂ ਬਰੋਸਾਈ ਸ਼ਖਸੀਅਤ ਸਨ, ਉਹ ਬੈਠੇ ਹੀ ਕਰਦੇ ਰਹਿੰਦੇ ਸੀ ਇੱਦਾਂ, ਜਿੱਥੇ ਬਹਿਣਾ ਫਲਾਣੇ ਥਾਂ ਨਹਿਰ ਮਨਜ਼ੂਰ ਕਰ ਦਿੱਤੀ ਹੈ, ਉੱਥੇ ਅਸੀਂ ਲੈਨ ਮਨਜ਼ੂਰ ਕਰ ਦਿੱਤੀ ਹੈ, ਇੱਧਰ ਖੰਡ ਮਿਲ ਇੱਕ ਮਨਜ਼ੂਰ ਕੀਤੀ ਹੈ। ਬੈਠਿਆਂ ਬੈਠਿਆਂ ਨੇ ਗੱਲਾਂ ਕਰੀ ਜਾਣੀਆਂ। ਮਹਾਰਾਜ ਕਹਿੰਦੇ ਦਰਗਾਹ ਦੇ ਮੈਂਬਰ ਹੈ, ਜੋ ਦਰਗਾਹ 'ਚ ਗੱਲ ਪਾਸ ਹੁੰਦੀ ਹੈ ਉੱਥੇ ਦੇ ਮੈਂਬਰ ਹੈ, ਵਿੱਚ ਬੈਠੇ ਹੁੰਦੇ ਆ। ਇੱਦਾਂ ਦੀਆਂ ਮਹਾਨ ਹਸਤੀਆਂ ਇਸ ਹਿੰਦੁਸਤਾਨ ਦੀ ਧਰਤੀ 'ਤੇ ਹੋਈਆਂ, ਹੋਰ ਤਾਂ ਨਹੀਂ ਕਿਤੇ ਹੋਈਆਂ। ਠੀਕ ਹੈ, ਬਾਹਰਲੇ ਮੁਲਕਾਂ 'ਚ ਦੁਨੀਆ ਜਾਂਦੀ, ਇੱਦਾਂ ਦੀ ਸ਼ਾਂਤੀ ਤੁਹਾਨੂੰ ਨਹੀਂ ਮਿਲਣੀ ਕਿਤੇ ਵੀ, ਜਿੱਥੇ ਮਰਜ਼ੀ ਚਲੇ ਜਾਏ। ਪਵਿੱਤਰ ਧਰਤੀ ਹੈ, ਗੁਰੂ ਨਾਨਕ ਆਏ ਇੱਥੇ ਹੈ। ਗੁਰੂ ਨਾਨਕ ਦੀ ਧਰਤੀ ਵਰਗੀ ਦੁਨੀਆ 'ਤੇ ਧਰਤੀ ਨਹੀਂ, ਜਿੱਥੇ ਪੀਰ ਪੈਗੰਬਰ ਪਰਮੇਸ਼ੁਰ ਆਪ ਨਿਰੰਕਾਰ ਧਰਤੀ 'ਤੇ ਉਤਰਿਆ। ਅਤੇ ਉਹ ਧਰਤੀ ਨਾਲੋਂ ਤਾਂ ਕੋਈ ਦੁਨੀਆ ਧਰਤੀ ਚੰਗੀ ਨਹੀਂ ਹੈ। ਮਨ ਦੀ ਸ਼ਾਂਤੀ ਇੱਥੇ ਪ੍ਰਾਪਤ ਹੈ, ਪਦਾਰਥ ਸਾਰੇ ਇੱਥੇ ਪ੍ਰਾਪਤ ਹੈ। ਮੈਨੂੰ ਥੋੜ੍ਹਾ ਸਮਾਂ ਮਿਲਿਆ, ਮੈਂ ਗਿਆ ਬਾਹਰ ਅਤੇ ਉਹਨਾਂ ਨੂੰ ਮੈਂ ਕਿਹਾ ਵੀ 3.5 ਕਰੋੜ ਤੁਹਾਡੀ ਆਬਾਦੀ ਹੈ, ਸਾਡੇ ਹਿੰਦੁਸਤਾਨ ਬਹੁਤ ਅਮੀਰ ਮੁਲਕ ਹੈ, ਸਾਡੇ ਹਿੰਦੁਸਤਾਨ ਜਾ ਕੇ ਦੇਖੋ, 3.5 ਕਰੋੜ ਸਾਡੇ ਯਾਤਰਾ 'ਤੇ ਤੁਰੇ ਹੋ ਆ। ਕੋਈ ਬਾਲਕਨਾਥ ਦੇ ਤੁਰਿਆ, ਕੋਈ ਚਿੰਤਪੁਰਨੀ ਨੂੰ ਤੁਰਿਆ, ਕੋਈ ਹੇਮਕੁੰਡ ਸਾਹਿਬ ਨੂੰ ਤੁਰਿਆ, ਕੋਈ ਹਜ਼ੂਰ ਸਾਹਿਬ ਨੂੰ ਤੁਰਿਆ। ਇੰਨੀ ਜਿੰਨੀ ਆਬਾਦੀ ਦਾ ਬੁਰਾ ਹਾਲ ਉਹਨਾਂ ਦਾ ਹੋਇਆ, 3.5 ਕਰੋੜ ਫਰੀ ਰੋਟੀ ਖਾਂਦੇ ਆ। ਇਹ ਕਰੋੜ ਕੁ ਤਾਂ ਭਗਵੇਂ ਸੰਤ ਹੀ ਹੋਣੇ ਆ, ਰੋਟੀ ਖਾ ਕੇ 50 ਰੁਪਈਏ ਲੈਂਦੇ ਅਤੇ ਭੰਗ ਖਾ ਕੇ ਆਨੰਦ ਨਾਲ ਬਹਿੰਦੇ। ਜਿਹੜੀ ਭੰਗ ਬਾਹਰਲਿਆਂ ਮੁਲਕਾਂ ਦੇ ਬੜੇ ਬੜੇ ਅਮੀਰਾਂ ਨੂੰ ਨਹੀਂ ਲੱਭਦੀ, ਇੱਥੇ ਭੰਗ ਦੇ ਢੇਰ ਲੱਗੇ ਹੋਏ ਆ, ਇੰਨਾ ਅਮੀਰ ਮੁਲਕ ਹੈ। ਇਹ 10ਵੇਂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪੰਥ ਹੈ, ਜਿਨ੍ਹਾਂ ਨੂੰ ਸਾਹਿਬਾਂ ਨੇ ਆਪਣੇ ਰਸਨਾ ਤੋਂ ਹੀ ਕਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਕੌਣ ਕਹਿੰਦਾ ਸੰਤ ਨੂੰ ਮੱਥਾ ਨਹੀਂ ਟੇਕਣਾ? ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਤਾਂ ਸੁਣੋ। ਉਹ ਕਈ ਆ ਕੇ ਨਾਲੇ ਮੈਨੂੰ ਮੱਥਾ ਟੇਕਣ ਦੇ, ਨਾਲੇ ਵਾਹਿਗੁਰੂ ਜੀ ਕਾ ਖਾਲਸਾ ਭਾਈ ਫਤਿਹ। ਮੈਂ ਕਿਹਾ ਜੇ ਫਤਿਹ ਬੁਲਾਉਣੀ ਮੱਥਾ ਨਾ ਟੇਕਿਆ ਕਰੋ, ਜੇ ਮੱਥਾ ਟੇਕਣਾ ਤਾਂ ਫਿਰ ਫਤਿਹ ਨਾ ਬੁਲਾਓ, ਇੱਕ ਗੱਲ ਰੱਖਿਆ ਕਰੋ।
ਫਤਿਹ ਹੁੰਦੀ ਬਰਾਬਰ ਦੇ ਨੂੰ। ਜਿਹਨੂੰ ਮੱਥਾ ਟੇਕਣਾ ਉਹਨੂੰ ਨਿਭਣਾ ਹੁੰਦਾ। ਅਤੇ ਉਹ ਲੋਕਾਂ ਨੂੰ ਹੁਣ ਇਸ ਗੱਲ ਦਾ ਗਿਆਨ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇੱਕ ਆਪਣਾ ਪਵਿੱਤਰ ਵਚਨ ਲਿਖਿਆ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਤਾਸ ਮੈਂ ਮੋਹ ਮੈਂ ਰੰਚਕ ਨਾਹੀਂ ਭੇਦ। ਉਹਦੇ ਵਿੱਚ ਅਤੇ ਮੇਰੇ ਵਿੱਚ ਜਿਹਨੇ ਆਤਮਾ ਦਾ ਆਨੰਦ ਲਿਆ, ਉਹਦੇ ਵਿੱਚ ਅਤੇ ਮੇਰੇ ਵਿੱਚ ਰੰਚਕ ਮਾਤਰ ਵੀ ਭੇਦ ਨਹੀਂ ਹੈ। ਮੇਰੇ ਰੂਪ ਹੈ ਖਾਲਸਾ, ਮੇਰੋ ਰੂਪ ਹੈ ਖਾਸ, ਖਾਲਸੇ ਮੇਹੋਂ ਕਰੋ ਨਿਵਾਸ। ਇਹ ਖਾਲਸੇ ਸਨ ਜਿਨ੍ਹਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਲਿਖਿਆ। ਅੱਜ ਤਾਂ ਅੰਮ੍ਰਿਤ ਕੱਲ੍ਹ ਛਕਿਆ ਹੁੰਦਾ, ਮੂੰਹ 'ਚੋਂ ਜਰਦਾ ਨਹੀਂ ਨਿਕਲਿਆ ਅਤੇ ਉਹ ਖਾਲਸਾ ਲਿਖ ਲੈਂਦਾ। ਉੱਥੇ ਅਸੀਂ ਫਗਵਾੜੇ ਜਾਈਏ ਅਤੇ ਸਿਰ ਮੋਨਾ, ਉਹਨੇ ਬਨੈਣ ਪਾਈ, ਉਹ ਪਿੱਛੇ ਲਿਖਿਆ ਖਾਲਸਾ। ਮੈਂ ਕਿਹਾ ਇਹਦੀ ਫੋਟੋ ਖਿੱਚ, ਕਿਸੇ ਨੂੰ ਦਿਖਾਉਣਾਂਗੇ ਆ ਖਾਲਸੇ। ਨਕਲੀ ਡਾਲਡਾ ਘੇ ਵੇਚਣਾ ਸ਼ੁੱਧ ਘੇ ਦੱਸ ਕੇ। ਖਾਲਸਾ ਤਾਂ ਬਹੁਤ ਪਵਿੱਤਰ ਆਤਮਾ ਹੁੰਦੀ ਹੈ, ਜਿਹਦੇ ਵਿੱਚ ਕੋਈ ਰੰਚਕ ਮਾਤਰ ਵੀ ਕੋਈ ਕਿਸੇ ਨਾਲ ਮਤਸਵ ਨਹੀਂ। ਕੋਈ ਮੁਸਲਮਾਨ ਆ ਜਾਵੇ, ਕੋਈ ਹਿੰਦੂ ਆ ਜਾਵੇ, ਇਸ ਨਗਰ ਵਿੱਚ ਵੀ ਤਾਂ ਪਹਿਲਾਂ ਮਹਾਨ ਸੂਫੀ ਫਕੀਰ ਜੁਮਲੇ ਸ਼ਾਹ ਜੀ ਉਹ ਇਸ ਨਗਰ ਵਿੱਚ ਬਹੁਤ ਆਉਂਦੇ ਰਹੇ। ਅੱਜ ਵੀ ਉਹਨਾਂ ਦੇ ਸੇਵਕ ਬਹੁਤ ਨੇ ਜਿਹੜੇ ਮਹਾਂਪੁਰਸ਼ਾਂ 'ਤੇ ਸ਼ਰਧਾ ਬਹੁਤ ਰੱਖਦੇ। ਬੀਬੀ ਸ਼ਰੀਫਾਂ ਜੀ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਅਜਿੱਤੇ ਰੰਧਾਵੇ ਦੀ ਗੋਸ਼ਟ ਦੇ ਵਿੱਚ ਬਚਨ ਹੈ ਕਿ 84 ਜਾਮੇ ਗੁਰੂ ਸੰਸਾਰ ਵਿੱਚ ਵਰਤੇਗਾ, 10 ਪ੍ਰਤੱਖ ਰੂਪ ਵਿੱਚ, 74 ਭਗਤਾਂ ਦੇ ਰੂਪ ਦੇ ਵਿੱਚ ਵਰਤੇਗਾ। ਜਿਸ ਨੂੰ ਜਣਾਵੇਗਾ ਜਾਣ ਲੈਣਗੇ, ਜਿਨ੍ਹਾਂ ਨੂੰ ਨਹੀਂ ਪਤਾ ਲੱਗੇਗਾ ਭਾਵੇਂ ਕੋਲ ਹੀ ਬੈਠੇ ਰਹਿਣਗੇ। ਉਹਨਾਂ ਵਿੱਚੋਂ ਇੱਕ ਰੂਪ ਜਿਨ੍ਹਾਂ ਦਾ ਤੁਸੀਂ ਸਰੂਪ ਸੋਭੇ 'ਚ ਬੈਠੇ, ਇੱਕ ਸਰੂਪ 74 ਵਿੱਚੋਂ ਇਹ ਹੈ। ਇੱਕ ਸਰੂਪ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂ ਆਣੇ ਵਾਲੇ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਅਕਾਲ ਤਖ਼ਤ ਤੋਂ 20ਵੀਂ ਸਦੀ ਦੇ ਮਹਾਨ ਪੁਰਸ਼ ਗਿਣਿਆ ਗਿਆ, ਉਹਨਾਂ ਨੂੰ ਸੰਤ ਦਾ ਦਰਜਾ ਦਿੱਤਾ ਗਿਆ। ਜਿਹੜੇ ਕਹਿੰਦੇ ਸੰਤ ਹੋਏ ਹੀ ਨਹੀਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਾਅਦ ਹੀ ਨਿਕਲੇ ਆ, ਉਹਨਾਂ ਨੂੰ ਪੁੱਛੋ ਜਾ ਕੇ ਅਕਾਲ ਤਖ਼ਤ 'ਤੇ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦਾ ਜਥਾ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਸੀ। ਮੱਥਾ ਟੇਕ ਟੇਕ ਕੇ ਇਹ ਮੱਥੇ 'ਤੇ ਜ਼ਖਮ ਹੋ ਗਿਆ। ਟੇਕੀ ਗਏ ਮੱਥਾ ਕਸਾਈ ਗਏ ਦਰਬਾਰ ਸਾਹਿਬ ਦੇ ਮੂਹਰੇ, ਜ਼ਖਮ ਹੋ ਗਿਆ। ਅਤੇ ਕਿਸੇ ਨੇ ਕਿਹਾ, ਮਹਾਰਾਜ ਅੱਜ ਤੁਸੀਂ ਬੜਾ ਟਾਈਮ ਲਾਇਆ ਮੱਥਾ ਟੇਕਣ ਨੂੰ, ਮਹਾਰਾਜ ਤੁਹਾਡੇ ਮੱਥੇ 'ਤੇ ਜ਼ਖਮ ਹੋ ਗਿਆ। ਹੌਲੀ ਦਾਣੀ ਬਚਨ ਕਰਕੇ ਕਹਿਣ ਲੱਗੇ, ਕਹਿੰਦੇ ਲੋਕ ਇਹ ਮੇਰੇ ਖਲੜੇ ਨੂੰ ਮੱਥੇ ਟੇਕਦੇ ਆ, ਉਹ ਸਾਰੇ ਮੱਥੇ ਲਿਆ ਕੇ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਰੱਖ ਦਿੱਤੇ ਆ। ਉਹ ਸਾਰੇ ਮੱਥੇ ਜਿੰਨੇ ਮੈਨੂੰ ਦੁਨੀਆ ਨੇ ਟੇਕੇ ਆ, ਮੇਰਾ ਤਾਂ ਸਰੀਰ ਮੱਥਾ ਟਿਕਾਉਣ ਵਾਲਾ ਨਹੀਂ, ਪਰ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਜਿਨ੍ਹਾਂ ਨੇ ਮੈਨੂੰ ਸ਼ਰਧਾ ਕਰਕੇ ਮੱਥਾ ਟੇਕਿਆ, ਮੈਂ ਉਹਨਾਂ ਦਾ ਮੱਥਾ ਲਿਆ ਕੇ ਇੱਥੇ ਟੇਕ ਦਿੱਤਾ। ਉਹਨੇ ਦਰਬਾਰ ਸਾਹਿਬ ਕਿਹਾ, ਜੀ ਤੁਸੀਂ ਕੀਰਤਨ ਤਾਂ ਅੰਦਰ ਕਰ ਨਹੀਂ ਸਕਦੇ, ਗੁਰੂ ਰਾਮਦਾਸ ਮਹਾਰਾਜ ਤੋਂ ਲੈ ਕੇ ਮਰਜ਼ਾਦਾ ਹੈ, ਇੱਥੇ ਨਿਰੋਲ ਬਾਣੀ ਦਾ ਕੀਰਤਨ ਹੋਣਾ। ਬਾਬਾ ਜੀ ਬਾਹਰ ਉੱਠ ਕੇ ਪ੍ਰਕਰਮਾ ਵਿੱਚ ਕੀਰਤਨ ਸ਼ੁਰੂ ਕੀਤਾ। ਜਿੰਨੀ ਅੰਦਰ ਦਰਬਾਰ ਸਾਹਿਬ ਵਿੱਚ ਸੰਗਤ ਬੈਠੀ ਸੀ, ਸਾਰੀ ਬਾਹਰ ਆ ਕੇ ਪ੍ਰਕਰਮਾ ਵਿੱਚ ਬੈਠ ਗਈ। ਉਸ ਵੇਲੇ ਦੇ ਜਥੇਦਾਰ ਨੇ ਕਿਹਾ, ਇਹ ਆ ਸੰਤ। ਕਸ਼ਿਸ਼ ਖਿੱਚ, ਲਾਈਟ ਹੋਵੇ ਪਤੰਗੇ ਆਪਣੇ ਆਪ ਹੀ ਆ ਜਾਂਦੇ, ਸੁਗੰਧੀ ਹੋਵੇ ਭੌਰਿਆਂ ਨੂੰ ਬਾਜਾਂ ਮਾਰਨ ਦੀ ਜ਼ਰੂਰਤ ਨਹੀਂ ਹੈ, ਭੌਰੇ ਆਪਣੇ ਆਪ ਹੀ ਆ ਜਾਂਦੇ ਆ। ਸਰੀਰਾਂ 'ਚ ਕਮਾਈ ਹੋਵੇ ਮਗਰ ਦੁਨੀਆ 'ਚ ਜਗਿਆਸੂ ਆਪਣੇ ਆਪ ਲੱਭਦੇ ਫਿਰਦੇ ਆ ਉਹਨਾਂ ਨੂੰ। ਦੇਵੀਆਂ ਬੰਦਗੀ ਕਰਕੇ ਪਹਾੜ 'ਤੇ ਚੜ੍ਹ ਗਈਆਂ, ਦੁਨੀਆ ਉੱਥੇ ਹੀ ਪਹੁੰਚ ਗਈ, ਬੜੇ ਔਖੇ ਹੋ ਕੇ ਪਹੁੰਚ ਹੁੰਦਾ ਉੱਥੇ,
ਆ ਦੇਵੀਆਂ ਨੂੰ ਸਾਰੇ ਹਿੰਦੁਸਤਾਨ 'ਚ ਦੁਨੀਆ ਮੰਨਣ ਆਉਂਦੀ ਹੈ। ਬਾਲਕ ਨਾਥ ਵਰਗੇ ਦੇਵਤੇ ਕਿੱਥੇ ਬੈਠ ਗਏ, ਦੁਨੀਆ ਨੇ ਪਹਾੜਾਂ 'ਚ ਜਾ ਕੇ ਲੱਭ ਲਏ। ਅਤੇ ਕਈ ਪੱਧਰੇ ਬੈਠੇ ਹੁੰਦੇ ਆਪਣਾ ਬਾਣਾ ਪਾ ਕੇ, ਲੋਕ ਉਹਨਾਂ ਨੂੰ ਪੁੱਛਦੇ ਨਹੀਂ, ਸੁਗੰਧੀ ਨਹੀਂ ਹੈ। ਪਰਮੇਸ਼ੁਰ ਦੇ ਨਾਮ ਦੀ ਸੁਗੰਧੀ ਜਿਹਦੇ ਸਰੀਰ ਵਿੱਚੋਂ ਆਉਂਦੀ ਹੋਵੇ, ਉਹਨੂੰ ਦੁਨੀਆ ਆਪਣੇ ਆਪ ਹੀ ਨਿਭ ਜਾਂਦੀ ਹੈ। ਮੱਥੇ ਨਿਭ ਜਾਂਦੇ ਆ, ਕਮਾਈਆਂ ਨੂੰ ਨਿਭਦੇ ਆ, ਅਤੇ ਜਾ ਕੇ ਸਾਹਮਣੇ ਜਿਹੜੇ ਵੱਡੇ ਵੱਡੇ ਕੱਟੜ ਸੀ, ਕਹਿੰਦੇ ਅਸੀਂ ਕਿਸੇ ਸੰਤ ਨੂੰ ਮੱਥਾ ਨਹੀਂ ਟੇਕਦੇ, ਆ ਕੇ ਸੰਤ ਮਹਾਰਾ ਹਰਖੋ ਵਾਲੀਆਂ ਦੇ ਸਾਹਮਣੇ ਆ ਕੇ ਲੰਮੇ ਪੈ ਪੈ ਕੇ ਮੱਥੇ ਟੇਕਦੇ। ਬੜੇ ਬੜੇ ਰਾਜੇ ਮਹਾਰਾਜੇ ਇਹਨਾਂ ਦੇ ਹੁਕਮ ਵਿੱਚ ਸੀ, ਸ੍ਰਿਸ਼ਟੀ ਇੱਥੋਂ ਹੀ ਕਮਾਉਣੀ ਸੀ। ਬਹੁਤ ਹੀ ਕਈ ਵਾਰ ਕਹਿ ਦਿੰਦੇ ਸਾਡੇ ਬਾਬਾ ਜੀ ਨੂੰ ਕਹਿੰਦੇ ਸੀ, ਉੱਦਾਂ ਹੋਰ ਤਾਂ ਕਿਸੇ ਨੂੰ ਕਹਿੰਦੇ ਨਹੀਂ ਸੀ। ਇੱਕ ਵਾਰ ਇਸ਼ਾਰਾ ਜਿਹਾ ਮਾਰਿਆ, ਸੰਗਤ ਬੈਠੀ ਸੀ, ਕਹਿੰਦੇ ਮਹਾਰਾਜ 74 ਰੂਪ ਆਉਣੇ ਸੀ। 74 ਰੂਪਾਂ 'ਚ ਕਿਹੜੇ ਕਿਹੜੇ ਰੂਪ ਹੈ? ਕਹਿੰਦੇ ਇਹਦਾ ਮਾੜਾ ਜਿਹਾ ਇਹਦਾ ਮੂੰਹ 'ਤੇ ਹੱਥ ਫੇਰ ਕੇ ਕਹਿੰਦੇ, ਉਹ ਭਾਈ ਅੰਨਿਆਂ ਨੂੰ ਕੀ ਪਤਾ ਲੱਗ ਸਕਦਾ, ਭਾਵਾਂ ਵਿੱਚ ਹੀ ਬੈਠੇ ਹੋਣ, ਨਿਗਾਹ ਵਾਲੇ ਨੂੰ ਪਤਾ ਲੱਗੂਗਾ, ਅੰਨੇ ਬੰਦੇ ਨੂੰ ਕੀ ਪਤਾ ਲੱਗੂ। ਬੰਦਗੀ ਵਾਲੇ ਪੁਰਸ਼ਾਂ ਨੂੰ ਬੰਦਗੀ ਵਾਲੇ ਪੁਰਸ਼ ਹੀ ਜਾਣਦੇ ਆ। ਜਿਹੜੇ ਕਮਾਈ ਵਾਲੇ ਪੁਰਸ਼ ਹੈ, ਉਹਨਾਂ ਦੀਆਂ ਯਾਦਾਂ ਦੁਨੀਆ ਰਹਿੰਦੀ ਦੁਨੀਆ ਤੱਕ, ਉਹਨਾਂ ਦੀ ਸੋਭਾ ਯੁੱਗ ਯੁੱਗ ਹੋਈ, ਕੋਈ ਨਾ ਮੇਟਣ ਹਾਰਾ, ਨਾਨਕ ਤਿਨਕੇ ਸਦ ਬਲਿਹਾਰੇ, ਜਿਨ ਹਰ ਰਾਖਿਆ ਵਰਤਾਰਾ। ਬੜਾ ਔਖਾ ਕੰਮ ਹੈ। ਅਮਰਨਾਥ ਦਾ ਮੰਦਰ ਹੈ ਇੱਕ ਕਸ਼ਮੀਰ ਦੇ ਵਿੱਚ, ਇਹਦੀ ਹੁਣ ਯਾਤਰਾ ਸ਼ੁਰੂ ਹੁੰਦੀ ਹੈ। ਉਸ ਮੰਦਰ ਦਾ ਜਿਹੜਾ ਬ੍ਰਾਹਮਣ ਮੁਖੀ ਹੁੰਦਾ, ਉਹਨੂੰ ਇੱਦਾਂ ਮੰਨਦੇ ਆ, ਬ੍ਰਾਹਮਣ ਜਿੱਦਾਂ ਅਕਾਲ ਤਖਤ ਦੇ ਜਥੇਦਾਰ ਨੂੰ ਸਿੱਖ ਮੰਨਦੇ ਆ। ਉੱਥੇ ਇੱਕ ਤੋਤੇ ਨੇ ਕਥਾ ਸੁਣ ਲਈ, ਅਮਰ ਕਥਾ, ਅਤੇ ਉਹ ਤੋਤਾ ਅਮਰ ਹੋ ਗਿਆ, ਸੁਖਦੇਵ ਮੁਨੀ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ, ਵਿਆਸ ਜੀ ਦੇ ਘਰੋਂ ਜਨਮਿਆ। ਉਹਨੇ ਜਨਮ ਨਾ ਲਿਆ ਅਤੇ ਭਗਵਾਨ ਨਾਲ ਵਾਅਦਾ ਕੀਤਾ, ਭਗਵਾਨ ਨੂੰ ਕਿਹਾ ਮਹਾਰਾ ਮਾਇਆ ਅਲੋਪ ਕਰੋ, ਬਾਹਰ ਤੇਰੀ ਮਾਇਆ, ਇਹਨੇ ਮੇਰਾ ਤੇਰਾ ਨਾਮ ਭੁਲਾ ਦੇਣਾ, ਮੈਂ ਇੱਥੇ ਨਾਮ ਤੇਰੇ ਦੇ ਨਾਲ ਜੁੜਿਆ। ਜਦੋਂ ਕੋਈ ਬਾਹਰ ਹਵਾ ਲੱਗਦੀ, ਮਾਇਆ ਤੇਰੀ ਖਿਰ ਗਰਭ ਨਿਕਲ ਆਇਆ, ਖਸਮ ਬਸਾਰ ਦੁਨੀ ਚਿੱਤ ਲਾਇਆ। ਮਾਇਆ ਅਲੋਪ ਕੀਤੀ, 88,000 ਬਾਲਕਾਂ ਨੇ ਉਸ ਵੇਲੇ ਜਨਮ ਲਿਆ, ਜਿਹੜੇ ਸਾਰੇ ਮੁਕਤ ਹੋ ਗਏ, ਮਾਇਆ ਤੋਂ ਰਹਿਤ। ਕੁਛ ਨਹੀਂ ਕਰਨਾ ਪਿਆ, ਇੱਕੋ ਹੀ ਬੰਦੇ ਦੀ ਕਮਾਈ ਸੀ, 88,000 ਨਾਲ ਉੱਦਾਂ ਹੀ ਤਰ ਗਏ। ਸਾਧ ਕੇ ਸੰਗ ਨਹੀਂ ਕੁਛ ਕਾਲ, ਭਾਵਾਂ ਜੀਵਨ ਬੀਤ ਜਾਂਦੇ, ਯੁੱਗਾਂ ਦੇ ਯੁੱਗ ਲੱਗ ਜਾਂਦੇ, ਬੰਦਾ ਉਸ ਪਦਵੀ 'ਤੇ ਨਹੀਂ ਪਹੁੰਚ ਸਕਦਾ। ਇੱਕੋ ਹੀ ਬੰਦੇ ਨੇ ਕਮਾਈ ਕੀਤੀ, 88,000 ਤਰ ਗਏ ਉਸ ਵੇਲੇ। ਹੋਰ ਵੱਡੇ ਵੱਡੇ ਕੰਮ ਹੈ, ਭਾਵਾਂ ਸਾਰੀ ਦੁਨੀਆ ਦੇ ਵਿੱਚ ਮਨੁੱਖ ਕਾਰ ਵਿਹਾਰ ਕਰਦਾ ਰਹੇ, ਜਿਹੜੇ ਸਾਧੂ ਮਹਾਤਮਾ ਦੀ ਸੰਗਤ ਕਰਦੇ ਆ, ਵੱਡੇ ਵੱਡੇ ਉਹਨਾਂ ਦੇ ਕਾਰੋਬਾਰ ਵਿਘਨ ਪਏ ਹੋਏ, ਮਹਾਤਮਾ ਲੋਕ ਸੌਰ ਜੰਤ ਕਾਰਜ ਕਰ ਦਿੰਦੇ ਆ, ਅਨੇਕ ਵਿਘਨ 'ਤੇ ਸਾਧੂ ਰੱਖਿਆ। ਆਉਣ ਵਾਲੇ ਭਵਿੱਖ ਦਾ ਤਾਂ ਕਿਸੇ ਨੂੰ ਪਤਾ ਨਹੀਂ ਹੈ, ਕੱਲ੍ਹ ਨੂੰ ਮੇਰੇ ਨਾਲ ਕੀ ਹੋਣਾ, ਪਰਸੋਂ ਨੂੰ ਕਿਸੇ ਨਾਲ ਕੀ ਹੋਣਾ। ਅਤੇ ਜਿਹੜਾ ਆਉਣ ਵਾਲਾ ਸਾਧੂ ਜਾਣਦਾ ਵੀ ਇਹ ਬੰਦੇ ਨਾਲ ਆਉਣ ਵਾਲੇ ਦਿਨਾਂ 'ਚ ਕੀ ਵਰਤਣਾ, ਇਹ ਮਨੁੱਖ ਨੂੰ ਕੋਈ ਗਿਆਨ ਨਹੀਂ ਹੈ। ਅਤੇ ਜਿਨ੍ਹਾਂ ਦੀ ਯਾਦ ਮਨਾਉਂਦੇ, ਉਹਨਾਂ ਦਾ ਸੇਵਕ ਸੀ ਰਾਜੋ ਵਾਲੀਆ ਬਾਬਾ ਸਿੰਘ, ਉਹਦਾ ਮੁੰਡਾ ਮਰ ਗਿਆ, ਉਹਦਾ ਨਾਂ ਸੀ ਭਜਨ ਸਿੰਘ। ਹਰਖੋਵਾਲ ਬੈਠੇ ਸੀ ਪਣਗੇ 'ਤੇ ਬੈਠੇ, ਉਹ ਆ ਕੇ ਬਹੁਤ ਰੋਇਆ, ਮੋਹ ਦੀ ਤੰਦੇ ਐਸੀ ਹੈ, ਉਹ ਮੱਲੋ ਮੱਲੀ ਬੰਦੇ ਦੇ ਅੱਖਾਂ 'ਚੋਂ ਬਰਾਕ ਕੱਢਣ ਦੀ, ਪਤਾ ਤਾਂ ਹੈ ਨਹੀਂ ਮੇਰਾ ਮੁੰਡਾ ਜੰਮਿਆ ਕੌਣ ਹੈ, ਪਤਾ ਤਾਂ ਇਹਨੂੰ ਹੁੰਦਾ ਨਹੀਂ। ਕਈ ਮੁੰਡੇ ਪੇਵਾਂ ਨੂੰ ਵੱਢਦੇ ਆ, ਕਈ ਪੇ ਆਪਣੇ ਪੁੱਤਾਂ ਨੂੰ ਵੱਢਦੇ, ਉਹ ਕਰਦੇ ਤਾਂ ਹੈ ਬਹੁਤ ਜ਼ਿਆਦਾ, ਉਹਦਾ ਮੋਹ ਦੀ ਤੰਦ ਵੱਜੀ ਹੁੰਦੀ ਆ। ਉਹ ਜਦ ਰੋਣੋਂ ਹਟਿਆ ਹੀ ਨਾ ਤਾਂ ਬੜੇ ਸਹਿਜ ਨਾਲ ਕਹਿੰਦੇ, ਸੂਬੇਦਾਰਾ ਜੇ ਕਰਜ਼ਾ ਉਤਰ ਜਾਵੇ ਖੁਸ਼ ਹੋਈ ਦਾ ਕਿ ਚੜ੍ਹੇ ਰਹੇ ਤੇ, ਕਹਿੰਦਾ ਜੀ ਮਾਰਾ ਉਤਰ ਜਾਵੇ ਤਾਂ। ਕਹਿੰਦੇ ਤੈਨੂੰ ਪਤਾ ਜਿਹੜਾ ਮੁੰਡਾ ਤੇਰਾ ਮਰਿਆ ਕੌਣ ਸੀ, ਪਤਾ? ਕਹਿੰਦਾ ਜੀ ਨਹੀਂ।
ਕਹਿੰਦੇ ਤੂੰ ਬੰਦਾ ਮਾਰਿਆ ਸੀ ਇੱਕ ਦਮੁੱਡੇ ਦਮੁੱਡੇ ਪਿੰਡ ਤੂੰ ਬੰਦਾ ਮਾਰਿਆ ਸੀ? ਕਹਿੰਦਾ ਹਾਂਜੀ ਮਾਰਿਆ ਸੀ। ਕਹਿੰਦੇ ਉਹਦੀ ਸਰਕਾਰੀ ਦਰਬਾਰੀ ਵੀ ਕੋਈ ਪਹੁੰਚ ਨਹੀਂ ਹੋਈ, ਵਿਚਾਰਾ ਉੱਦਾਂ ਹੀ ਉਹ ਚਲੇ ਗਿਆ। ਕਹਿੰਦਾ ਹਾਂਜੀ। ਕਹਿੰਦੇ ਤੈਨੂੰ ਕੁਛ ਨਹੀਂ ਸੀ ਹੋਇਆ? ਕਹਿੰਦੇ ਹੁਣ ਉਹ ਤੇਰੇ ਘਰ ਜੰਮਿਆ ਸੀ, ਇਹਨੇ ਹੁਣ ਤੈਨੂੰ ਵੱਢਣਾ ਸੀ, ਤੂੰ ਸਾਡੇ ਕੋਲ ਆਉਂਦਾ ਕਰਕੇ ਅਸੀਂ ਇਹ ਗੱਲ ਹੁਣ ਟਾਲ ਦਿੱਤੀ ਹੈ। ਸਾਧੂ ਦੇ ਅਣਕ ਵਿਘਨ ਅਤੇ ਸਾਧੂ ਰਾਖੇ, ਬਾਣੀ ਸੱਚੀ ਹੈ, ਬਾਣੀ ਝੂਠੀ ਨਹੀਂ ਹੈ। ਕਹਿੰਦੇ ਹੁਣ ਇਹਨੇ ਤੈਨੂੰ ਵੱਢਣਾ ਸੀ, ਆਪਣਾ ਬਦਲਾ ਪੂਰਾ ਕਰਨਾ ਸੀ, ਅਤੇ ਤੂੰ ਹੁਣ ਰੋਂਦਾ ਸਾਹ ਨਹੀਂ ਲੈਂਦਾ, ਨਾਲੇ ਅੱਖਾਂ 'ਚੋਂ ਪਾਣੀ ਬੰਦ ਹੋ ਗਿਆ, ਉਸੇ ਵੇਲੇ ਚੁੱਪ ਕਰ ਗਿਆ। ਆਉਣ ਵਾਲੇ ਭਵਿੱਖ ਦਾ ਕਿਸੇ ਨੂੰ ਕੀ ਪਤਾ ਕੌਣ ਹੈ? ਸਾਧੂ ਜਾਣਦਾ, ਸਾਰੀ ਸ੍ਰਿਸ਼ਟੀ ਦੇ ਮਾਲਕ ਸਨ ਜਿਨ੍ਹਾਂ ਦੀ ਤੁਸੀਂ ਯਾਦ ਮਨਾਉਂਦੇ ਹੋ। ਇਹ ਦਸੇ ਪਾਤਸ਼ਾਹੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਰੂਪ ਸਨ, ਇਹ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਜੁੜ ਕੇ ਬੈਠੇ ਹੋ। ਇਹਨਾਂ ਨੂੰ ਸਾਹਿਬਾਂ ਨੇ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ, ਇਹ ਮੇਰੇ ਖਾਸ ਰੂਪ ਹੈ, ਇਹਨਾਂ ਵਿੱਚ ਅਤੇ ਮੇਰੇ ਵਿੱਚ ਭੇਤ ਕੋਈ ਨਹੀਂ ਹੈ। ਜੇ ਇਹਨਾਂ ਨੂੰ ਮੱਥਾ ਟੇਕ ਲਿਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੱਥਾ ਟੇਕ ਲਿਆ, ਕੋਈ ਫਰਕ ਨਹੀਂ ਹੈ। ਇੱਕ ਵਾਰ ਹਰਖਵਾਲ ਜੰਗਲ ਵਿੱਚ ਬੈਠੇ ਸੀ, ਬੈਠਿਆਂ ਬੈਠਿਆਂ ਨੇ ਉੱਦਾਂ ਹੀ ਮੂੰਹ 'ਤੇ ਕੱਪੜਾ ਬੰਨ ਲਿਆ, ਇੱਥੇ ਕੱਪੜਾ ਬੰਨ ਕੇ ਘੁੱਟ ਕੇ ਬੰਨ ਲਿਆ। ਸੇਵਾਦਾਰ ਕਹਿੰਦਾ, ਮਹਾਰਾਜ ਪ੍ਰਸ਼ਾਦਾ ਛਕ ਲਓ ਜੀ। ਕਹਿੰਦੇ ਮੇਰੀ ਸਿਹਤ ਨਹੀਂ ਚੰਗੀ ਆ। ਕਹਿੰਦੇ ਮਹਾਰਾਜ ਕੀ ਹੋਇਆ ਜੀ, ਤੁਸੀਂ ਹੁਣ ਤਾਂ ਬੈਠੇ ਸੀ ਚੰਗੇ ਭਲੇ, ਸਿਹਤ ਨੂੰ ਕੀ ਹੋ ਗਿਆ? ਕਹਿੰਦੇ ਉਹ ਸਵੇਰੇ ਦਿਨ ਕੜਾਹ ਪ੍ਰਸ਼ਾਦ ਨੂੰ ਭੋਗ ਲਵਾਇਆ, ਉਹਨੂੰ ਸੱਦ ਕੇ ਲਿਆ, ਸੱਦ ਕੇ ਲਿਆਂਦਾ ਉਹਨੂੰ, ਕਹਿੰਦੇ ਗੁਰਮੁਖਾ ਅੱਗੇ ਤੋਂ ਕੜਾਹ ਪ੍ਰਸ਼ਾਦ ਠੰਡਾ ਕਰਕੇ ਭੋਗ ਲਵਾਇਆ ਕਰ, ਜਾਂ ਮੂੰਹ ਖੋਲ੍ਹ ਕੇ ਦਿਖਾ ਲਿਆ, ਸਾਰਾ ਛਾਲਿਆਂ ਨਾਲ ਭਰਿਆ ਹੋਇਆ, ਠੰਡਾ ਕਰਕੇ ਭੋਗ ਲਵਾਉਣਾ। ਉਹਦੇ ਤੋਂ ਮਰਯਾਦਾ ਰੱਖੀ ਆ ਸਾਡੇ ਡੇਰੇ ਦੀ, ਵੀ ਜਿੱਦਾਂ ਦਾ ਠੰਡਾ ਪ੍ਰਸ਼ਾਦ ਗੁਰੂ ਸਾਹਿਬਾਂ ਨੇ ਛਕਾਉਣਾ, ਅਤੇ ਫਿਰ ਇਹ ਗੁਰਬਾਣੀ ਦਾ ਅਤੇ ਇਹਨਾਂ ਪੁਰਖਾਂ ਦਾ ਭੇਦ ਵੀ ਕੀ ਹੈ? ਇੱਕੋ ਹੀ ਹੈ ਰੂਪ, ਇਹ ਗੁਰਬਾਣੀ ਇਹਨਾਂ ਲੋਕਾਂ ਦੇ ਅੰਦਰੋਂ ਨਿਕਲੀ ਹੈ। ਇਹ ਮਨੁੱਖ ਸਰੀਰ ਵਿੱਚ ਹੀ ਆਏ ਆ, ਭਗਤ ਰਵਿਦਾਸ ਜੀ, ਨਾਮਦੇਵ ਜੀ, ਇਹ ਸਰੀਰਾਂ ਵਿੱਚ ਹੀ ਆਏ ਆ, ਸਰੀਰਾਂ ਵਿੱਚੋਂ ਗੁਰਬਾਣੀ ਨਿਕਲੀ ਹੈ। ਕਹਿੰਦੇ ਸਰੀਰ ਨੂੰ ਮੱਥਾ ਨਹੀਂ ਟੇਕਣਾ, ਸਰੀਰ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਏ ਆ। ਸਰੀਰਾਂ ਨੇ ਸਿਆਹੀ ਲਿਆਂਦੀ, ਸਰੀਰਾਂ ਨੇ ਕਾਗਜ਼ ਲਿਆਂਦਾ, ਸਰੀਰਾਂ ਨੇ ਜਿਲਦ ਬੰਨੀ ਹੈ, ਸਰੀਰਾਂ ਦੇ ਵਿੱਚੋਂ ਇਹ ਆਵਾਜ਼ ਰਾਹੀਂ ਬਾਣੀ ਲਿਖੀ ਹੈ। ਇਹ ਸਰੀਰਾਂ ਦੀ ਪੂਜਾ ਵੀ ਤਾਂ ਨਾਲ ਹੀ ਹੈ ਜੇ ਗੁਰਬਾਣੀ ਦੀ ਪੂਜਾ, ਸਰੀਰਾਂ ਤੋਂ ਬਿਨਾਂ ਤਾਂ ਮਹਾਨਤਾ ਹੀ ਨਹੀਂ ਹੈ। ਜਿਹਦੀ ਜੀਭ ਤੋਂ ਗੁਰਬਾਣੀ ਨਿਕਲਦੀ ਹੈ ਅਤੇ ਉਹ ਜੀਭ ਸੁੱਚੀ ਹੋ ਜਾਂਦੀ ਹੈ, ਜੀਭ ਭਾਵੇਂ ਸੁੱਚੀ ਹੁੰਦੀ ਨਹੀਂ ਹੈ। ਜੀਭ ਨਾਲ ਮੂੰਹ ਨੂੰ ਹੱਥ ਲੱਗ ਜਾਵੇ, ਮੂੰਹ ਨੂੰ ਲੱਗ ਜਾਵੇ ਹੱਥ ਧੋਣ ਜਾਈਦਾ, ਜੂਠਾ ਹੋ ਗਿਆ। ਬਾਣੀ ਪੜ੍ਹਦੇ ਹਾਂ ਜੀਭ ਨਾਲ, ਜੇ ਹੁਣ ਕਹੀਏ ਵੀ ਜੇ ਹੱਥ ਨੂੰ ਥੁੱਕ ਲੱਗ ਜਾਵੇ ਗੁਟਕਾ, ਆਪਾਂ ਫੜਦੇ ਨਹੀਂ ਹਾਂ ਵੀ ਹੱਥ ਜੂਠਾ ਹੋ ਗਿਆ, ਜਾਂ ਬਾਣੀ ਪੜ੍ਹਦੇ ਤਾਂ ਮੂੰਹ ਨਾ ਪੜ੍ਹਦੇ। ਉਹ ਜਿਹੜਾ ਮੂੰਹ ਹੈ ਉਹਨੇ ਸੁੱਚਾ ਤਾਂ ਹੋਣਾ ਜਦ ਬਾਣੀ ਪੜ੍ਹਨੀ ਹੈ, ਬਾਣੀ ਨੇ ਜਿੱਥੇ ਚਲੇ ਜਾਣਾ ਉਹਨੇ ਪਵਿੱਤਰ ਕਰਨਾ, ਜਿੱਥੇ ਜਿੰਨੀ ਦੂਰ ਤੱਕ ਆਵਾਜ਼ ਜਾਣੀ ਹੈ ਉਹਨੇ ਪਵਿੱਤਰ ਕਰਨਾ। ਬੜੇ ਬੜੇ ਭਗਤ ਦੁਨੀਆਂ ਵਿੱਚ ਹੋਏ ਸਰੀਰਾਂ ਕਰਕੇ ਹੀ ਹੋਏ, ਸਰੀਰਾਂ ਦੀ ਪੂਜਾ ਹੋਈ ਹੈ। ਅਤੇ ਜੇ ਤੁਸੀਂ ਕਹੋ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਇੱਕ ਵਾਰ ਕਿਸੇ ਕੱਟੜਵਾਦੀ ਨੂੰ ਕਹਿਣ ਲੱਗੇ, ਗੁਰਮੁਖਾ ਇੱਕ ਸਧਾਰਨ ਕਾਗਜ਼ ਤੁਸੀਂ ਲਿਆਉਂਦੇ ਆ ਬਾਜ਼ਾਰ ਵਿੱਚੋਂ, ਉਹਨੂੰ ਚੌਰਸ ਕੱਟ ਕੇ ਉੱਤੇ ਗੁਰਬਾਣੀ ਲਿਖ ਦਈਏ ਤਾਂ ਤੁਸੀਂ ਉਹਨੂੰ ਗੁਰੂ ਰੂਪ ਮੰਨਦੇ ਆ? ਕਹਿੰਦਾ ਹਾਂਜੀ। ਕਹਿੰਦੇ ਜੀ ਉਹੀ ਗੁਰਬਾਣੀ ਕਿਸੇ ਬੰਦੇ ਦੇ ਹਿਰਦੇ 'ਤੇ ਆ ਜਾਵੇ ਉਹਨੂੰ ਕੀ ਮੰਨੋਗੇ? ਜਿਨ੍ਹਾਂ ਹਿਰਦਿਆਂ 'ਤੇ ਬਾਣੀ ਆਈ ਉਹਨਾਂ ਹਿਰਦਿਆਂ ਦੀ, ਉਹਨਾਂ ਸਰੀਰਾਂ ਦੀ ਪੂਜਾ ਹੋਈ ਹੈ, ਬਾਣੀ ਦੀ ਪੂਜਾ ਹੋਈ ਹੈ, ਜਿਨ੍ਹਾਂ ਦੇ ਪਵਿੱਤਰ ਜੀਵਨ ਉਹਨਾਂ ਦੀ ਪੂਜਾ ਹੋਈ ਹੈ। ਸਰੀਰ ਭਾਵੇਂ ਜਿੰਨਾ ਮਰਜ਼ੀ ਸੁੰਦਰ ਹੋਵੇ,
ਜੇ ਗੁਰਬਾਣੀ ਦੇ ਨਾਲ ਨਹੀਂ ਜੁੜਿਆ ਪੂਜਾ ਨਹੀਂ ਕਰਦਾ ਕੋਈ ਵੀ, ਭਾਵਾਂ ਜਿੱਡਾ ਮਰਜ਼ੀ ਹੋਵੇ। ਜਿਹੜੇ ਕਮਾਈ ਵਾਲੇ ਪੁਰਸ਼ ਤਪੱਸਿਆ ਕਰਕੇ ਹਾਥੀ ਚੱਕ ਚੱਕ ਮਾਰੇ ਆਕਾਸ਼ ਨੂੰ, ਮਾੜੇ ਮੋਟੇ ਤਾਂ ਬੰਦੇ ਸਿੱਟੇ ਨਹੀਂ ਸਕਦੇ। ਤਪੱਸਿਆ ਸੀ, ਜੀਵਨ ਸੀ, ਉੱਚੇ ਸੁੱਚੇ ਸੀ। ਸੋ ਇਹ ਸਭ ਤੋਂ ਪਵਿੱਤਰ ਧਰਤੀ ਹੈ। ਇਹ ਕਲਯੁੱਗ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੂੰ ਬਾਣੀ ਨੇ ਲਿਖਿਆ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਜੀ ਆਪ ਗੁਰੂ ਨਾਨਕ ਦੇ ਰੂਪ ਵਿੱਚ ਸੰਸਾਰ ਵਿੱਚ ਆਏ, 10 ਰੂਪਾਂ ਵਿੱਚ ਸੰਸਾਰ ਵਿੱਚ ਵਿਚਰੇ। ਵਿਆਸ ਜੀ ਨੇ ਦੁਆਪਰ ਯੁੱਗ ਵਿੱਚ ਇਹਨਾਂ ਦਾ ਆਉਣਾ 5000 ਸਾਲ ਪਹਿਲਾਂ ਲਿਖ ਦਿੱਤਾ ਸੀ। ਨਿਰੰਕਾਰ ਜੀ ਗੁਰੂ ਨਾਨਕ ਦੇ ਰੂਪ ਵਿੱਚ ਆਉਣਗੇ ਔਰ 10 ਰੂਪਾਂ ਵਿੱਚ ਪ੍ਰਤੱਖ ਹੋਣਗੇ। 11ਵਾਂ ਰੂਪ ਗੁਰੂ ਗ੍ਰੰਥ ਸਾਹਿਬ ਮੋਨੀ ਹੋਵੇਗਾ, ਬੋਲੇਗਾ ਨਹੀਂ, ਜੇ ਕੋਈ ਬੁਲਾਉਣ ਜਾਣੇਗਾ ਤਾਂ ਬੋਲੇਗਾ ਵੀ। ਸੋ ਉਹ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਇਹ ਪਵਿੱਤਰ ਸਰੀਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਿਆ ਔਰ ਗੁਰੂ ਕਰਕੇ ਪੂਜਾ ਕੀਤੀ, ਉਹਨਾਂ ਦੀ ਪੂਜਾ ਸੰਸਾਰ ਅੱਜ ਕਰ ਰਿਹਾ। ਸੋ ਵੱਡੇ ਭਾਗ ਹੈ ਇਸ ਨਗਰ ਦੇ ਨੌਜਵਾਨ ਗਗਨਦੀਪ ਸਿੰਘ ਨੇ ਉਹਨਾਂ ਦੀ ਸੇਵਾ ਕੀਤੀ ਹੈ ਇਹਨਾਂ ਦੇ ਅਸਥਾਨ ਦੀ, ਅਤੇ ਇਸ ਨਗਰ ਨੂੰ ਵੀ ਇਹ ਸੇਵਾ ਮਿਲੀ ਹੈ। ਹੋਰ ਵੀ ਕਈ ਮੈਨੂੰ ਪਤਾ ਚੱਲਿਆ, ਕਈ ਪਰਿਵਾਰ ਹੋਰ ਵੀ ਇਸ ਸਮਾਗਮਾਂ ਵਿੱਚ ਰਲਣਾ ਚਾਹੁੰਦੇ। ਬੜੀ ਖੁਸ਼ੀ ਦੀ ਗੱਲ ਹੈ, ਕੋਈ ਵੀ ਰਲ ਸਕਦਾ, ਕੋਈ ਨਗਰ ਨੂੰ ਸੇਧ ਦੇ ਜਾਣੀ, ਕੋਈ ਚੰਗਾ ਅੱਗੇ ਤੋਂ ਅੱਗੇ ਰਸਤਾ ਦੇ ਦੇਣਾ ਧਾਰਮਿਕ ਪੱਖ ਵਿੱਚ, ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਇਹ 3ਜਾ ਸਾਲ ਹੈ ਸਰਦਾਰ ਜੀਤ ਸਿੰਘ ਹੁਣਾਂ ਦੇ, ਬੜੀ ਸ਼ਰਧਾ ਦੇ ਨਾਲ ਉਹਨਾਂ ਨੇ ਇਹ ਦਿਨ ਮਨਾਇਆ, ਬੜੀ ਮਿਹਨਤ ਕੀਤੀ ਹੈ ਪਿੰਡ ਦੇ ਨੌਜਵਾਨਾਂ ਨੇ, ਬੜੀ ਮਿਹਨਤ ਦੇ ਨਾਲ ਇਹ ਸਮਾਗਮ ਰਚਿਆ ਹੈ। ਭਾਵੇਂ ਸਾਰਿਆਂ ਧਰਮਾਂ ਦੇ ਲੋਕ ਇਸ ਨਗਰ ਵਿੱਚ ਨੇ, ਸਾਰੇ ਹੀ ਪ੍ਰੇਮ ਪਿਆਰ ਨਾਲ ਰਹਿੰਦੇ ਨੇ। ਗੁਰੂ ਨਾਨਕ ਦਾ ਮਿਸ਼ਨ ਹੀ ਸਾਂਝਾ ਸੀ। ਸੰਤ ਮਹਾਰਾ ਹਰਖੋ ਵਾਲੀਏ ਜਿਨ੍ਹਾਂ ਦੀ ਯਾਦ ਮਨਾਉਣ ਬੈਠੇ ਹਾਂ, ਇੱਕ ਵਾਰੀ ਗੁਰਦਾਸਪੁਰ ਕਿਸੇ ਪਿੰਡ ਵਿੱਚ ਗਏ ਹੋਏ ਸੀ, ਉੱਥੇ ਗੁਰਦਾਸਪੁਰ ਕਿਸੇ ਦੇ ਘਰ ਬੈਠੇ ਸੀ। ਇੱਕ ਮੁਸਲਮਾਨ ਦਾ ਬੱਕਰੀਆਂ ਦਾ ਬਾੜਾ ਸੀ, ਉਹਨੇ ਆਲੇ ਦੁਆਲੇ ਬਾੜ ਕੀਤੀ ਹੋਈ ਸੀ, ਅੰਦਰ ਬੱਕਰੀਆਂ ਸੀ। ਉਹਨੇ ਜਦ ਲੋਕ ਜਾਂਦੇ ਦੇਖੇ ਤਾਂ ਬੜੇ ਲੋਕ ਤੁਰੇ ਜਾਂਦੇ ਆ ਮੱਥਾ ਟੇਕਣ, ਉਹਦੇ ਮਨ 'ਚ ਸ਼ਰਧਾ ਆਈ ਵੀ ਕੋਈ ਨਾਮ ਜਪਣ ਵਾਲਾ ਹੀ ਕੋਈ ਪੁਰਖ ਹੋਣਾ। ਉਹ ਆਪਣੇ ਮਨ 'ਚ ਹੀ ਧਾਰਿਆ, ਉਹਨੇ ਕਿਹਾ ਜੇ ਮੈਨੂੰ ਹੀ ਕਿਤੇ ਮਹਾਂਪੁਰਸ਼ ਦਰਸ਼ਨ ਦੇ ਦੇਣ, ਪਰ ਮੇਰਾ ਕਿਹਾ ਤਾਂ ਉਹਨਾਂ ਨੇ ਮੰਨਣਾ ਨਹੀਂ ਹੈ। ਚਲੋ ਮੈਂ ਮੇਰੀ ਅੰਦਰੋਂ ਹੀ ਬੇਨਤੀ ਕਿਤੇ ਉਹਦੀ ਕਰਤੀ, ਉਹਦੀ ਸੁਣੀ ਗਈ। ਉੱਥੋਂ ਉੱਠੇ ਅਤੇ ਸਿੱਧੇ ਹੀ ਉਹ ਮੁਸਲਮਾਨ ਦੇ ਉਹ ਬੱਕਰੀਆਂ ਦੇ ਬਾੜੇ 'ਚ ਚਲੇ ਗਏ। ਉਹਨੇ ਬੜਾ ਬਹੁਤ ਜ਼ਿਆਦਾ ਬਰਾਗ ਆਇਆ, ਉਹਨੇ ਉੱਠ ਕੇ ਮੱਥਾ ਟੇਕਿਆ, ਕਹਿੰਦਾ ਮਹਾਰਾਜ ਮੇਰੇ ਮਨ ਦੀ ਭਾਵਨਾ ਸੀ ਤੁਸੀਂ ਆ ਗਏ, ਪਰ ਮੇਰੇ ਮਨ ਦੀ ਇੱਛਾ ਮੈਂ ਤੁਹਾਨੂੰ ਬੱਕਰੀ ਦਾ ਦੁੱਧ ਪਾਉਣਾ, ਮੈਂ ਮੁਸਲਮਾਨ ਹਾਂ ਤੁਸੀਂ ਸਿੱਖ ਹਾਂ, ਤੁਸੀਂ ਪੀਣਾ ਨਹੀਂ ਆ, ਮੇਰੇ ਮਨ ਦੀ ਭਾਵਨਾ ਹੈ। ਕਹਿੰਦੇ ਨਹੀਂ ਤੂੰ ਗਰਮ ਕਰ ਲਿਆ, ਜਦ ਤੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, 10ਵੇਂ ਪਾਤਸ਼ਾਹ ਨੇ ਮੁਸਲਮਾਨਾਂ ਦੇ ਘਰ ਹੀ ਪ੍ਰਸ਼ਾਦੇ ਛਕੇ, ਸੇਵਾ ਵੀ ਤਾਂ ਮੁਸਲਮਾਨਾਂ ਨੇ ਕੀਤੀ, ਫਿਰ ਅਖੀਰ ਤੱਕ ਮੋਢਿਆਂ 'ਤੇ ਵੀ ਮੁਸਲਮਾਨ ਹੀ ਚੱਕੀ ਫਿਰਦੇ ਰਹੇ ਬਲਦੀ ਅੱਗ ਦੇ ਵਿੱਚ। ਆਪਣੇ ਸਿੱਖ ਜਵਾਬ ਦੇ ਗਏ, ਪਰ ਮੁਸਲਮਾਨ ਮੋਢਿਆਂ 'ਤੇ ਚੱਕ ਕੇ ਦੋਈ ਭਰਾ ਮੋਹਰੇ ਤੁਰੇ। ਅੱਜ ਵੀ ਉਹਨਾਂ ਦੋਨਾਂ ਭਰਾਵਾਂ ਦੀਆਂ ਕਬਰਾਂ ਨੂੰ ਪਹਿਲਾਂ ਸਿੱਖ ਮੱਥਾ ਟੇਕਦੇ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਅਦ ਵਿੱਚ ਟੇਕਦੇ ਆ। ਅਤੇ ਕਹਿੰਦੇ ਨਹੀਂ ਕੋਈ ਨਹੀਂ ਪੀ ਲਵਾਂਗੇ, ਲਿਆ ਦੁੱਧ ਗਰਮ ਕਰ ਲਿਆ। ਉਹ ਦੁੱਧ ਗਰਮ ਕਰਕੇ ਲਿਆਇਆ ਅਤੇ ਪੀ ਲਿਆ। ਪੀ ਕੇ ਕਹਿੰਦੇ ਦੱਸ ਹੁਣ ਕੀ ਚਾਹੀਦਾ, ਤੈਨੂੰ ਕੀ ਦੇਈਏ? ਕਹਿੰਦਾ ਮਹਾਰਾਜ ਮੈਂ ਗਰੀਬ ਆਦਮੀ ਹਾਂ, ਮੇਰੇ ਮਨ ਦੀ ਇੱਛਾ ਮੱਕੇ ਜਾਣ ਦੀ ਆ, ਮੇਰੇ ਕੋਲ ਪੈਸੇ ਹੈ ਨਹੀਂ ਗੇ।
ਜੇ ਤੁਸੀਂ ਮੈਨੂੰ ਮੱਕੇ ਦੇ ਦਰਸ਼ਨ ਕਰਾ ਦੂੰਗੇ? ਕਹਿੰਦੇ ਕਰਾ ਦੇਵਾਂਗੇ, ਕਰਾ ਦੇਵਾਂਗੇ। ਇੱਕ ਖੂੰਜੇ ਜਿਹਾ ਲਿਜਾ ਕੇ ਕਹਿੰਦੇ ਇੱਥੇ ਬਹਿ ਜਾ, ਅੱਖਾਂ ਮੀਟ ਕੇ, ਜਾਂ ਦਰਸ਼ਨ ਹੋ ਜੂਗੇ, ਅੱਖਾਂ ਖੋਲ ਨਹੀਂ। ਫਿਰ ਉਹ ਜਿਉਂ ਲੋਢੇ ਕੁ ਵੇਲੇ ਦਾ ਬੈਠਿਆ, ਸ਼ਾਮ ਹਨੇਰਾ ਹੋ ਗਿਆ, ਅੱਖਾਂ ਹੀ ਨਾ ਖੋਲੀਆਂ, ਉੱਦਾਂ ਹੀ ਬਹਿ ਗਿਆ ਉਹ। ਉਹ ਘਰ ਦੇ ਆਏ, ਉਹਨਾਂ ਨੇ ਦੇਖਿਆ ਇਹ ਤਾਂ ਬੋਲਦਾ ਹੀ ਨਹੀਂ ਹੈ, ਹਿਲਾਇਆ ਹਲੂਇਆ ਬੜੇ ਜ਼ੋਰ ਨਾਲ। ਉਹ ਕਹਿੰਦਾ ਤੁਸੀਂ ਮੈਨੂੰ ਉਦੋਂ ਠਾਲ ਦਿੱਤਾ, ਕਹਿੰਦਾ ਮੱਕਾ ਤਾਂ ਮੈਂ ਦਰਸ਼ਨ ਤਾਂ ਕਰ ਲਏ ਸੀ, ਮੈਂ ਸ਼ਹਿਰ ਦੀਆਂ ਗਲੀਆਂ 'ਚ ਘੁੰਮਦਾ ਸੀ, ਉੱਥੇ ਇੱਕ ਸੈਕਿੰਡ ਦੇ ਵਿੱਚ ਦਰਸ਼ਨ ਕਰਾ ਦਿੱਤੇ ਉਹਨੂੰ ਉਸੇ ਵੇਲੇ। ਗੁਰਦਾਸਪੁਰ ਸ਼ਹਿਰ ਦੇ ਕੋਲ ਹੈ ਇੱਕ ਪਿੰਡ, ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲੇ, ਇਹ ਬੜੀਆਂ ਪਵਿੱਤਰ ਰੂਹਾਂ ਸਨ। ਮੋਚੀ ਤੋਂ ਜੁੱਤੀ ਕਢਾਈ, ਉਹ ਮੋਚੀ ਨੂੰ ਕਹਿੰਦੇ ਪੈਸੇ ਕਿੰਨੇ? ਕਹਿੰਦਾ ਜੀ ਪੈਸੇ ਨਹੀਂ ਮੈਂ ਲੈਣੇ। ਕਹਿੰਦੇ ਕੀ ਗੱਲ, ਲੈ ਲਾ ਥੋੜ੍ਹੇ ਜਿਹੇ। ਕਹਿੰਦਾ ਨਹੀਂ ਜੀ, ਮੈਨੂੰ ਤੁਸੀਂ ਭਲੇ ਲੋਕ ਨਜ਼ਰੀ ਪੈਂਦੇ ਆ, ਕਿਉਂਕਿ ਨਾਮ ਜਪਣ ਵਾਲਿਆਂ ਦੇ ਚਿਹਰਿਆਂ ਦੀ ਸ਼ਕਲ ਸੂਰਤ ਹੀ ਹੋਰ ਹੁੰਦੀ ਹੈ, ਇਹਨਾਂ ਦੇ ਚਿਹਰਿਆਂ ਵੱਲ ਦੇਖ ਕੇ ਮਨ ਸ਼ਾਂਤ ਹੋ ਜਾਂਦਾ। ਗੁਰਬਾਣੀ ਦਾ ਪ੍ਰਭਾਵ ਹੀ ਐਸਾ। ਸਾਕਤ ਪੁਰਸ਼ਾਂ ਨੂੰ ਦੇਖੋ, ਬੱਕਰੇ ਬੁੱਕਰੇ ਵੱਢਣ ਵਾਲਿਆਂ ਨੂੰ ਦੇਖੋ, ਉਹਨਾਂ ਦੇ ਮੂੰਹ ਦੇਖੋ ਤੁਸੀਂ, ਚਿਹਰਿਆਂ ਦਾ ਪ੍ਰਭਾਵ ਹੀ ਹੋਰ ਹੈ। ਕਹਿੰਦਾ ਜੀ ਮੈਨੂੰ ਤੁਸੀਂ ਭਲੇ ਲੋਕ ਨਜ਼ਰੀ ਪੈਂਦੇ ਆ, ਮੈਂ ਪੈਸੇ ਨਹੀਂ ਲੈਣੇ। ਕਹਿੰਦੇ ਕੁਛ ਹੋਰ ਲੈ ਲਾ। ਕਹਿੰਦਾ ਜੀ ਸਾਡੇ ਪਿੰਡ ਦੇ ਬੰਦੇ ਮੱਕੇ ਦੀ ਯਾਤਰਾ ਨੂੰ ਗਏ ਹੋ, ਤੁਸੀਂ ਮੇਰੇ ਮੱਕੇ ਦੀ ਹਾਜ਼ਰੀ ਲਵਾ ਦੂੰਗੇ? ਕਹਿੰਦੇ ਲਵਾ ਦੇਵਾਂਗੇ, ਲਵਾ ਦੇਵਾਂਗੇ। ਬਾਬਾ ਆਨੰਦ ਸਿੰਘ ਜੀ ਚਲੇ ਗਏ। 5-7 ਦਿਨਾਂ ਬਾਅਦ ਜਿਹੜੇ ਮੱਕੇ ਦੇ ਹਾਜੀ ਉੱਥੋਂ ਆਏ, ਅਤੇ ਆ ਕੇ ਜਦੋਂ ਮੋਚੀ ਦੇ ਕੋਲ ਦੀ ਲੰਘਣ, ਸਾਰੇ ਹਾਜੀ ਸਾਹਿਬ ਕਹਿ ਕੇ ਸਲਾਮ ਕਰਨ ਉਹਨੂੰ, ਉਹਦੀ ਉੱਥੇ ਹਾਜ਼ਰੀ ਮੱਕੇ ਵਿੱਚ ਲਵਾ ਦਿੱਤੀ। ਇਹਨੂੰ ਕਹਿੰਦੇ ਸਾਧ ਕੇ ਸੰਗ ਨਹੀਂ ਕਸ਼ਕਾਲ। ਸਾਧੂ ਦੀ ਸੰਗਤ 'ਚ ਉਹ ਚੀਜ਼ ਮਿਲ ਜਾਂਦੀ ਜਿਹੜਾ ਬੰਦਾ ਸਾਰੀ ਜ਼ਿੰਦਗੀ 'ਚ ਵੀ ਪ੍ਰਾਪਤ ਨਹੀਂ ਕਰ ਸਕਦਾ। ਕਈ ਵੱਡੇ ਵੱਡੇ ਐਸੇ ਗਿਆਨ ਤੋਂ ਭੁੱਲੇ ਹੋਏ ਲੋਕ, ਉਹਨਾਂ ਨੂੰ ਸਿੱਧੇ ਮਾਰਗ 'ਤੇ ਤੋਰ ਦਿੱਤਾ, ਨਹੀਂ ਤਾਂ ਉਹ ਸਾਰੀ ਜ਼ਿੰਦਗੀ ਸਿਧਰਨੇ ਹੀ ਨਾ ਸੀ। ਬੜੇ ਬੜੇ ਪੀਰ ਫਕੀਰ ਜਿਹੜੇ ਆਪਣੇ ਰਸਤੇ ਤੋਂ ਖੁੰਝੇ ਹੋਏ ਸੀ, ਉਹਨਾਂ ਨੂੰ ਸਹੀ ਮਾਰਗ ਦੱਸ ਦਿੱਤਾ। ਉਹਨੀ ਮੰਤਰ ਨਹੀਂ ਬਦਲਿਆ ਕਿਸੇ ਦਾ, ਸੰਤ ਬਾਬਾ ਜਵਾਲਾ ਸਿੰਘ ਜੀ ਤੋਂ, ਬਾਬਾ ਆਇਆ ਸਿੰਘ ਜੀ ਮਹਾਰਾਜ ਪਹਿਲਾਂ ਹੋਏ, ਉਹਨਾਂ ਤੋਂ ਬਾਅਦ ਪਹਿਲਾਂ ਬਾਬਾ ਕਰਮ ਸਿੰਘ ਜੀ ਮਹਾਰਾਜ, ਉਹਨਾਂ ਨੂੰ ਮੁਸਲਮਾਨ ਲੋਕ ਪੀਰ ਜੀ ਕਹਿ ਕੇ ਮੱਥਾ ਟੇਕਦੇ ਸੀ। ਬੜੇ ਮੁਸਲਮਾਨ ਉਹਨਾਂ ਦੇ ਚਰਨਾਂ 'ਚੋਂ ਬਰਸ ਆਏ। ਸੰਤ ਬਾਬਾ ਸਾਧ ਸਿੰਘ ਜੀ ਬੇਦੀ ਉਨਾ ਸਾਹਿਬ ਵਾਲੇ, ਜਿੱਥੋਂ ਸਾਡੀ ਇਹ ਸੰਪਰਦਾ ਆਈ ਹੈ, ਉਹਨਾਂ ਦੇ ਚਰਨਾਂ ਵਿੱਚ ਵੱਡੇ ਵੱਡੇ ਪੀਰ ਫਕੀਰ, ਜਿਹੜੀਆਂ ਅੱਜ ਪੰਜਾਬ ਦੇ ਵਿੱਚ ਬੜੀਆਂ ਬੜੀਆਂ ਮੁਸਲਮਾਨ ਗੱਦੀਆਂ, ਇਹ ਬਾਬਾ ਸਾਹਿਬ ਸਿੰਘ ਜੀ ਦੇ ਚਰਨਾਂ 'ਚੋਂ ਬਰਸ ਆਏ। ਇਹਨਾਂ ਨੂੰ ਉਸ ਵੇਲੇ ਨਾਨਕ ਸ਼ਾਹੀ ਫਕੀਰ ਸੱਦਦੇ ਸੀ, ਇਹਨਾਂ ਨੂੰ ਨਾਨਕ ਸ਼ਾਹੀ ਫਕੀਰ ਦੇ ਨਾਮ ਦੇ ਨਾਲ ਪੁਕਾਰਿਆ ਜਾਂਦਾ ਸੀ। ਅੱਜ ਵੱਡੇ ਵੱਡੇ ਜਿਹੜੇ ਡੇਰੇ ਮੁਸਲਮਾਨਾਂ ਦੇ ਮਹਾਂਪੁਰਸ਼ਾਂ ਦੇ ਵੱਡੇ ਵੱਡੇ ਆ, ਇਹ ਵੀ ਗੁਰੂ ਨਾਨਕ ਦੇ ਚਰਨਾਂ 'ਚੋਂ ਹੀ ਭਰੋਸਾ ਹੋਏ। ਸੋ ਇਹ ਸਾਂਝੇ ਪੀਰ ਫਕੀਰ ਹੋਏ ਆ, ਮਤਸਬ ਨਹੀਂ, ਇਹ ਮਤਸਬ ਹੈ ਅਤੇ ਪੀਰ ਫਕੀਰ ਨਹੀਂ ਹੈ। ਜਿਹਦੇ ਮਨ 'ਚ ਫਰਕ ਹੈ, ਇਹ ਧਰਮ ਹੋਰ ਹੈ, ਮੇਰਾ ਹੋਰ ਹੈ, ਉਹ ਫਕੀਰ ਪੂਰਨ ਨਹੀਂ ਹੈ, ਅਧੂਰਾ ਹੈ। ਬਲੀ ਕੰਧਾਰੀ ਨੇ ਪਾਣੀ ਨਹੀਂ ਪਿਲਾਇਆ, ਤੂੰ ਹਿੰਦੂ ਦੇ ਮੇਰੇ ਕੀਰਤਨ ਕਰਦਾ ਮੁਸਲਮਾਨ ਬਣ ਕੇ, ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇੰਨੀ ਕਮਾਈ ਕਰਕੇ ਧੱਕਾ ਦੇ ਕੇ ਪਹਾੜ ਥੱਲੇ ਸਿੱਟ ਦੇਣਾ, ਇੰਨੀ ਪਾਵਰ ਲੈ ਕੇ ਤੇਰੇ ਅੰਦਰੋਂ ਹਲੇ ਇਹ ਗੱਲ ਨਹੀਂ ਗਈ ਮੁਸਲਮਾਨ ਹੈ ਅਤੇ ਇਹ ਹਿੰਦੂ ਹੈ, ਇਹ ਤਾਂ ਫਿਰ ਗੱਲ ਅੰਦਰੋਂ ਨਿਕਲ ਜਾਣੀ ਚਾਹੀਦੀ ਹੈ। ਇਹ ਕਮੀਆਂ ਬੰਦੇ ਨੂੰ ਉੱਥੇ ਤੱਕ ਪਹੁੰਚਣ ਨਹੀਂ ਦਿੰਦੀਆਂ, ਇਹ ਕਮੀਆਂ ਹੀ ਬੰਦੇ ਦੇ ਰਾਹ 'ਚ ਰੁਕਾਵਟ ਬਣਦੀਆਂ। ਤਾਂ ਪੰਜਵੇਂ ਪਾਤਸ਼ਾਹ ਨੇ ਲਿਖਿਆ ਸਭ ਤੋਂ ਵੱਡੀ ਕਮੀ ਹੈ ਬੈਰ ਵਿਰੋਧ। ਜਦ ਆਪਾਂ ਕਿਸੇ ਨਾਲ ਬੈਰ ਵਿਰੋਧ ਕਰਦੇ ਹਾਂ, ਉਹਦੇ ਵਿੱਚ ਵੀ ਪਰਮੇਸ਼ੁਰ ਹੈ, ਪਰਮੇਸ਼ੁਰ ਨਾਲ ਹੀ ਬੈਰ ਵਿਰੋਧ ਹੋਇਆ। ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ, ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਖੋ ਆਪਣ ਕਰ ਕਰਨ। ਇਹ ਸਾਰਿਆਂ ਧਰਮਾਂ ਨੂੰ ਸਾਂਝਾ ਇੱਕ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਕਿ
ਜਿਨ੍ਹਾਂ ਮਹਾਂਪੁਰਸ਼ਾਂ ਦੀ ਤੁਸੀਂ ਯਾਦ ਮਨਾਈ ਹੈ। ਨਗਰ ਦੇ ਭਾਗ ਨੇ ਮਹਾਂਪੁਰਸ਼ਾਂ ਦੇ ਪਵਿੱਤਰ ਚਰਨ ਪਏ ਨੇ ਅਤੇ ਮੱਲੀ ਨੰਗਲ ਵਿੱਚ ਤਾਂ ਬਾਅਦ ਵਿੱਚ ਆ ਕੇ ਉਹਨਾਂ ਦੇ ਸੇਵਾਦਾਰ ਬੈਠੇ ਆ। ਜਦੋਂ ਇੱਥੇ ਸਰਦਾਰ ਭਗਤ ਸਿੰਘ ਦੇ ਘਰ ਆਉਣਾ ਅਤੇ ਭਗਤ ਸਿੰਘ ਨੇ ਪੁੱਛਣਾ, ਮਹਾਰਾਜ ਤੁਸੀਂ ਰਾਤ ਨੂੰ ਮੱਲੀ ਨੰਗਲ ਟਿੱਬਿਆਂ 'ਤੇ ਚਲੇ ਜਾਂਦੇ ਹਾਂ ਕਿ ਉੱਥੇ ਟਿੱਬੇ ਟੁੱਬੇ ਰੇਤਾ ਰੂਤਾ ਹੈਗਾ ਅਤੇ ਤੁਸੀਂ ਇੱਥੇ ਨਹੀਂ ਆਰਾਮ ਕਰਦੇ? ਕਹਿੰਦੇ ਇੱਥੇ ਅਸੀਂ ਸੰਗਤ ਦੇ ਸੇਵਾਦਾਰ ਲਿਆ ਕੇ ਵਸਾਉਣੇ ਹਾਂ, ਹਲੇ ਪਹਿਲਾਂ ਆਏ ਵੀ ਨਹੀਂ ਸੀ, ਇਹਨਾਂ ਨੂੰ ਚੇਤਾ ਵੀ ਨਹੀਂ ਸੀ ਅਸੀਂ ਕਿੱਥੇ ਜਾ ਕੇ ਬਹਿਣਾ। ਸਾਧੂ ਨੂੰ ਸਭ ਆਉਣ ਵਾਲਾ ਭਵਿੱਖ, ਕਦੋਂ ਕੀ ਹੋਣਾ ਕਦੋਂ ਕੀ ਹੋਣਾ, ਇਹ ਪਹਿਲਾਂ ਹੀ ਗੱਲਾਂ ਦੱਸ ਗਏ ਸੀ। ਬੈਂਕਾਂ ਬੰਦ ਹੋ ਜਾਣੀਆਂ, ਕਹਿੰਦੇ ਲੋਕਾਂ ਨੇ ਘਰੀ ਪੈਸੇ ਰੱਖਣ ਲੱਗ ਪੈਣੇ, ਇਹ ਪਹਿਲਾਂ ਹੀ ਦੱਸ ਗਏ ਸੀ ਗੱਲਾਂ। ਹੋਰ ਵੀ ਕਈ ਆਉਣ ਵਾਲਾ ਭਵਿੱਖ ਉਹ ਪਹਿਲਾਂ ਹੀ ਦੱਸ ਗਏ ਸੀ। ਸਮੇਂ ਸਮੇਂ ਅਨੁਸਾਰ ਉਹ ਸਾਹਮਣੇ ਗੱਲਾਂ ਆਈ ਜਾਂਦੀਆਂ ਉਹਨਾਂ ਮਹਾਂਪੁਰਸ਼ਾਂ ਦੀਆਂ। ਇਹ ਜਿਹੜੇ ਪਰਮੇਸ਼ਰ ਅਵਤਾਰ, ਜਿਹੜੇ ਬ੍ਰਹਮ ਸਰੂਪ ਸੰਸਾਰ ਵਿੱਚ ਹੋਏ ਆ, ਇੱਕ ਹਿੰਦੁਸਤਾਨ ਦੀ ਧਰਤੀ ਭਾਗਸ਼ੀਲ ਹੈ। ਇਹਦੇ ਤੋਂ ਵਧੀਆ ਧਰਤੀ ਕਿਤੇ ਦੁਨੀਆ ਵਿੱਚ ਤੁਹਾਨੂੰ ਵਰਲਡ ਵਿੱਚ ਨਹੀਂ ਲੱਭੂਗੀ। ਸੈਂਟਰ ਹੈ ਇਹ, ਇੱਥੋਂ ਹੀ ਬੈਠੇ ਮਹਾਂਪੁਰਸ਼ ਬੈਠੇ, ਅੰਦਰੋਂ ਹੀ ਬੈਠੇ ਸਾਰੀ ਸ੍ਰਿਸ਼ਟੀ ਨੂੰ ਦੇਖ ਰਹੇ ਆ। ਬਾਬਾ ਰਵਿਦਾਸ ਜੀ ਜੁੱਤੀਆਂ ਗੰਢਦੇ ਸੀ, ਜੁੱਤੀਆਂ ਗੰਢਦੇ ਗੰਢਦੇ ਤਾੜੀ ਮਾਰ ਕੇ ਬੜੀ ਜ਼ੋਰ ਨਾਲ ਹੱਸਣ ਲੱਗ ਗਏ। ਉਹਦਾ ਜੁੱਤੀ ਕਢਾਉਂਦਾ ਸੀ, ਕਹਿੰਦਾ ਬਾਬਾ ਤੂੰ ਹੱਸਦਾ? ਕਹਿੰਦਾ ਤੈਨੂੰ ਕੀ, ਤੂੰ ਜੁੱਤੀ ਕਢਾ ਕੇ ਜਾ। ਕਹਿੰਦਾ ਗੱਲ ਤਾਂ ਕੋਈ ਹੋਈ ਨਹੀਂ, ਤੂੰ ਹੱਸਣ ਲੱਗਾ। ਉਹ ਕਹਿੰਦਾ ਤੂੰ ਜੁੱਤੀ ਕਢਾ, ਤੂੰ ਜਾ ਆਰਾਮ ਨਾਲ, ਐਵੇਂ ਨਹੀਂ ਅੰਤ ਲਈਦਾ ਹੁੰਦਾ। ਜਾਂ ਉਹ ਨਾ ਹਟਿਆ, ਉਹ ਕਹਿੰਦੇ ਮੈਂ ਤੈਨੂੰ ਹਜੇ ਪੁੱਛੀ ਆ ਗੱਲ ਤੋਂ, ਦਿੱਲੀ ਲਾਲ ਕਿਲ੍ਹੇ ਦੇ ਕੋਲ ਕਹਿੰਦੇ ਇੱਕ ਨਟਣੀ ਰੱਸੀ ਦੇ ਉੱਤੇ ਬੰਨੀਓ, ਕਦੀ ਐਂ ਨੂੰ ਜਾਂਦੀ ਹੈ ਕਦੀ ਐਂ ਨੂੰ ਜਾਂਦੀ ਆ। ਬਾਬਾ ਰਵਿਦਾਸ ਜੀ ਕਹਿੰਦੇ ਉਹ ਲੋਕ ਉੱਥੇ ਬੜੀ ਭੀੜ ਲੱਗੀ ਵਾ ਅਤੇ ਉਹ ਜਦ ਘੁੰਮਦੀ ਘੁੰਮਦੀ ਰੱਸੀ ਤੋਂ ਥੱਲੇ ਡਿੱਪੀ। ਉਹ ਕਹਿੰਦੇ ਉਹਨੇ ਘੱਗਰੀ ਪਾਈ ਹੋ ਸੀ, ਉਹ ਘੱਗਰੀ ਪਾਟ ਗਈ, ਲੋਕ ਹੱਸਣ ਲੱਗ ਪਏ, ਕਹਿੰਦੇ ਮੇਰਾ ਵੀ ਹਾਸਾ ਨਿਕਲ ਗਿਆ। ਜਿਹੜੇ ਇੱਥੇ ਬੈਠੇ ਹੀ ਸਾਰੀ ਸ੍ਰਿਸ਼ਟੀ ਨੂੰ ਦੇਖੀ ਜਾਂਦੇ ਆ। ਭਾਵੇਂ ਸਾਇੰਸ ਬੜੀ ਤਰੱਕੀ ਕਰ ਗਈ, ਅਮਰੀਕਾ ਵਰਗੇ ਮੁਲਕ ਉੱਥੋਂ ਬੈਠੇ ਸਾਰਿਆਂ ਨੂੰ ਦੇਖੀ ਜਾਂਦੇ ਆ। ਉਹਨਾਂ ਨੇ ਸਾਇੰਸ ਨੇ ਤਰੱਕੀ ਕੀਤੀ ਹੈ, ਸਾਇੰਸ ਜ਼ਿਆਦਾ ਫੇਲ ਹੋ ਜਾਣੀ ਹੈ, ਸੈਂਟਰ ਤਾਂ ਇਹੀ ਹੈ। ਉਹ ਮਹਾਂਪੁਰਸ਼ ਦੱਸਦੇ ਹੁੰਦੇ ਸੀ, ਕਹਿੰਦੇ ਸਾਰੀ ਫੇਲ ਹੋ ਜਾਣੀ ਹੈ। ਟਰੈਕਟਰ ਕਹਿੰਦੇ ਖੇਤਾਂ 'ਚ ਖੜ੍ਹੇ ਹੋ ਗਏ, ਲੋਕ ਧੱਕਾ ਮਾਰ ਮਾਰ ਕੇ ਪਸ਼ੂ ਇਹਨਾਂ ਨਾਲ ਬੰਨਣਗੇ। ਆਉਣ ਵਾਲੇ ਭਵਿੱਖ ਵਿੱਚ ਨਿਆਣੇ ਪੁੱਛੂਗੇ ਕੀ ਚੀਜ਼ ਹੈ ਇਹ ਕੀ ਹੈ ਜਿਹਨਾਂ ਪਸ਼ੂ ਬੰਨੇ। ਆਉਣ ਵਾਲਾ ਸਮਾਂ ਫਿਰ ਕਹਿੰਦੇ ਇੱਦਾਂ ਦੇ ਆਜੂਗਾ, ਮੁੜ ਕੇ ਹਲਟ ਹੋਣਗੇ, ਬੋਲਦੇ ਹੀ ਉੜਨਗੇ, ਮੁੜ ਕੇ ਖੇਤੀ ਉਸੇ ਢੰਗ ਨਾਲ ਹੀ ਹੋਊਗੀ। ਸੋ ਸਾਰਿਆਂ ਦਾ ਧੰਨਵਾਦ। ਸਿਹਤ ਮੇਰੀ ਚੰਗੀ ਨਹੀਂ ਸੀ, ਪਰ ਇਹ ਪ੍ਰੋਗਰਾਮ ਵੀ ਮੇਰਾ ਹੀ ਸੀ, ਮੈਂ ਛੱਡ ਵੀ ਨਹੀਂ ਸਕਦਾ ਸੀ। ਪਰ ਮੈਨੂੰ ਆਸ ਵੀ ਨਹੀਂ ਸੀ ਵੀ ਮੈਂ ਇੰਨਾ ਟਾਈਮ ਮਹਾਂਪੁਰਸ਼ਾਂ ਦੀ ਮਹਿਮਾ ਤੁਹਾਡੇ ਨਾਲ ਸੁਣਾਉਂਦਾ, ਪਰ ਉਹਨਾਂ ਨੇ ਮੈਨੂੰ ਬਲ ਬਖਸ਼ਿਆ। ਮੈਂ ਹੁਣ ਵੀ ਜਾਣਾ, ਹਲੇ ਜਲੰਧਰ ਟੈਸਟ ਕਰਵਾਉਣ ਜਾਣਾ, ਅਤੇ ਸਰੀਰ ਭਾਵੇਂ ਮੇਰਾ ਕਿਹਾ ਨਹੀਂ ਕਰਦਾ, ਫਿਰ ਵੀ ਉਹਨਾਂ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਆ। ਸਾਰਿਆਂ ਦਾ ਧੰਨਵਾਦ, ਜਿੰਨੇ ਤੁਸੀਂ ਪਰਿਵਾਰ ਦੇ ਸੱਦੇ ਪੱਤਰ 'ਤੇ, ਕਿਉਂਕਿ ਪਿੰਡ ਦਾ ਸਾਂਝਾ ਹੀ ਪ੍ਰੋਗਰਾਮ ਹੈ, ਕੋਈ ਸੇਵਾ ਕਰੂਗਾ ਉਹਦਾ ਫਲ ਮਿਲ ਜੂਗਾ, ਕੋਈ ਮੱਥਾ ਟੇਕੂ ਉਹਨੂੰ ਫਲ ਮਿਲ ਜੂਗਾ, ਉਹ ਗੁਰੂ ਦੀ ਗੱਲ ਸੁਣ ਲਊ ਉਹਨੂੰ ਫਲ ਮਿਲ ਜੂਗਾ। ਇੱਕ ਗੱਲ ਲੈ ਕੇ ਜਾਇਓ ਸਾਰੇ ਜਾਣੇ, ਕੁਛ ਨਾ ਕੁਛ ਨਾਮ ਦੀ ਮਹਿਮਾ ਹੀ ਆ। ਜੇ ਕਿਸੇ ਨੂੰ ਵਡਿਆਈ ਸਮਾਜ ਵਿੱਚ ਮਿਲੀ ਆ, ਉਹ ਵੀ ਨਾਮ ਦੀ ਹੈ, ਪਿੱਛੇ ਨਾਮ ਜਪਿਆ ਹੋਣਾ ਉਹਨੇ, ਪਿੱਛੇ ਕਮਾਈ ਕੀਤੀ ਹੋਣੀ। ਜੇ ਕਿਸੇ ਕੋਲ ਹੁਣ ਧਨ ਦੌਲਤ ਬਹੁਤੀ ਹੈ, ਪਿੱਛੇ ਕਮਾਈ ਕੀਤੀ ਹੋਣੀ ਆ ਉਹਨੇ, ਪਿਛਲੀ ਕਮਾਈ ਤੋਂ ਬਿਨਾਂ ਹੁੰਦਾ ਨਹੀਂ। ਪੂਰਾ ਥਾਟ ਬਣਾਇਆ, ਪੂਰੇ ਵੇਖੋ ਏਕ ਸਮਾਨਾ, ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਮੈਂ ਧਰੋ ਗੁਮਾਨਾ। ਇਹ ਪ੍ਰਪੰਚ ਵਿੱਚ ਨਾਮ ਦੀ ਵਡਿਆਈ ਮਿਲੀ ਆ ਜਿਹਨੂੰ ਵੀ ਮਿਲੀ ਆ। ਕਹਿੰਦੇ ਹੰਕਾਰ ਨਾ ਕੋਈ ਕਰ ਲਿਓ, ਅਤੇ ਮੈਂ ਖਰੇ ਆਪਣੀ ਚਤੁਰਾਈ ਨਾਲੇ ਅਮੀਰ ਬਣ ਗਿਆ, ਕਮਾਈ ਪਿਛਲੀ ਹੈ। ਮਤ ਕੋ ਧਰੋ ਗੁਮਾਨਾ, ਅੰਦਰ ਹੰਕਾਰ ਨਾ ਕਹਿੰਦੇ ਲਿਆਇਓ ਮੈਂ ਆਹ ਬਣ ਗਿਆ, ਮੈਨੂੰ ਇਹ ਮਿਲ ਗਿਆ ਮਿਲ ਗਿਆ। ਨਹੀਂ,
ਜਿਸ ਨੂੰ ਸਤਿਗੁਰ ਕੀ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ, ਚੌਂ ਯੁੱਗਾਂ ਦਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ, ਜਤ ਸਤ ਜਤ ਸਤ ਉਹਨਾਂ ਯੁੱਗਾਂ ਕਾ ਧਰਮ ਹੈ, ਕਲਮੈ ਕੀਰਤ ਹਰ ਨਾਮਾ। ਕਲਯੁੱਗ ਦੇ ਵਿੱਚ ਪਰਮੇਸ਼ੁਰ ਦੀ ਕੀਰਤੀ ਜਸ ਉਸ ਦੀ ਵਡਿਆਈ ਹੈ, ਨਾਮ ਜਪਿਆ ਕਰੋ ਸਵੇਰ ਨਿਤਨੇਮ। ਜੇ ਆਪਾਂ ਰੋਟੀ ਦਾ ਨਿਤਨੇਮ ਭੰਗ ਕਰ ਦਈਏ, ਦੁਪਹਿਰ ਦੀ ਰੋਟੀ ਬੰਦ ਕਰ ਦਈਏ ਜਾਂ ਸਵੇਰ ਦੀ ਬੰਦ ਕਰ ਦਈਏ, ਸਰੀਰ 'ਚ ਨੁਕਸ ਪੈ ਜਾਂਦਾ। ਸਾਰੇ 24 ਘੰਟਿਆਂ ਵਿੱਚੋਂ ਸਵੇਰ ਦਾ ਸਮਾਂ ਇੱਕ ਰੱਬ ਨੂੰ ਟਾਈਮ ਦਿਓ, ਜਿਹਨੇ ਸਾਨੂੰ ਹੀ ਟਾਈਮ ਦਿੱਤਾ 24 ਘੰਟੇ। ਸਵੇਰ ਨੂੰ ਉੱਠ ਕੇ ਥੋੜ੍ਹਾ ਬਹੁਤਾ ਰੱਬ ਦੀ ਪੂਜਾ ਕਰਿਆ ਕਰੋ, ਰੱਬ ਦਾ ਧੰਨਵਾਦ ਕਰਿਆ ਕਰੋ, ਵਡਿਆਈ ਕਰਿਆ ਕਰੋ, ਨਹੀਂ ਤਾਂ ਜਨਮ ਜੂਹੇ 'ਚ ਚਲੇ ਗਿਆ। ਕਹੇ ਨਾਨਕ ਜਿਨੀ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਕੂੜੇ ਕੀ ਹੈ? ਜਿਹੜਾ ਸੰਸਾਰ ਨਾਲ ਜੁੜਿਆ ਕੂੜੇ ਹੀ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਣ ਹਾਰ, ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣ ਹਾਰ, ਕੂੜ ਪਹਿਨਣ ਹਾਰ, ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣ ਹਾਰ, ਕੂੜ ਕੂੜੇ ਨਿਹੋ ਲੱਗਾ ਬਿਸਰਿਆ ਕਰਤਾਰ, ਇਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣ ਹਾਰ। ਜਿਹਦੇ ਨਾਲ ਵੀ ਮਾੜੀ ਮੋਟੀ ਕਹਿੰਦੇ ਸੰਸਾਰ ਚੱਲਣ ਹਾਰ ਹੈ, ਅਤੇ ਜੂਹੇ ਵਿੱਚ ਜਨਮ ਨਾ ਕਿਤੇ ਚਲੇ ਜਾਵੇ। ਇਹ ਪ੍ਰਸ਼ਾਦਾ ਤਾਂ ਹਰੇਕ ਨੂੰ ਮਿਲ ਹੀ ਜਾਂਦਾ, ਅਮੀਰ ਨੂੰ ਵੀ ਮਿਲਦਾ, ਗਰੀਬ ਨੂੰ ਵੀ। ਗਰੀਬ ਸਭ ਤੋਂ ਵਧੀਆ ਖਾਂਦੇ ਆ। ਤੁਸੀਂ ਅਮੀਰ ਜਿੰਨੇ ਬੈਠੇ ਸਾਡੇ ਨਾਲ, ਗਰੀਬ ਵਧੀਆ ਖਾਂਦੇ। ਸਾਡੇ ਹਰਖੋਵਾਲ ਦਾ ਪ੍ਰਸ਼ਾਦਾ ਬਾਹਰ ਦੁਨੀਆ 'ਚ ਮਸ਼ਹੂਰ ਹੈ, ਪਰ ਸਾਡੇ ਭਈਆਂ ਨੂੰ ਸਵਾਦ ਨਹੀਂ ਲੱਗਦਾ। ਉਹ ਲਿਜਾ ਕੇ ਵੱਖਰਾ ਤੁੜਕਾ ਲਾਉਂਦੇ ਆ, ਸਾਡੀ ਦਾਲ ਲੈ ਜਾਂਦੇ ਬਾਹਰ, ਤੁੜਕਾ ਆਪਣਾ ਵੱਖਰਾ ਲਾਉਂਦੇ। ਸਾਡੇ ਚੌਲ ਲੈ ਜਾਣੇ, ਉਹਨਾਂ ਦੇ ਪਸੰਦ ਨਹੀਂ ਹੈ ਬਾਹਰ ਜਾ ਕੇ। ਮੈਂ ਕਿਹਾ ਇਹ ਤਾਂ ਲੋਕ ਦੇਖੋ, ਇਹਨਾਂ ਨੂੰ ਗਰੀਬ ਕੌਣ ਕਹਿੰਦਾ? ਵਧੀਆ ਪ੍ਰਸ਼ਾਦਾ ਇਹ ਛਕਦੇ ਆ ਸਾਰਿਆਂ ਨਾਲ, ਅਤੇ ਦੋ ਪ੍ਰਸ਼ਾਦੇ ਰਾਜਾ ਖਾਂਦਾ ਅਤੇ ਦੋਵੇਂ ਤੁਸੀਂ ਖਾਂਦੇ ਆ, ਕੀ ਫਰਕ ਹੈ? ਸਿਰਫ ਇੱਕ ਬੰਦਾ ਪਸਾਦਤਾ ਵੀ ਮੈਂ ਆਹ ਕਰ ਲਿਆ, ਮੈਂ ਉਹ ਕਰ ਲਿਆ, ਸਾਰਾ ਕੁਝ ਇੱਥੇ ਹੀ ਛੱਡ ਜਾਣਾ। ਮਾੜਾ ਜਿਹਾ ਬੁਖਾਰ ਹੋ ਜਾਵੇ, ਕੁਛ ਨਹੀਂ ਚੰਗਾ ਲੱਗਦਾ, ਧਨ ਦੌਲਤ ਦੇ ਢੇਰ ਲਾ ਦਿਓ ਦੁਬੱਲੇ, ਧੀਆਂ ਪੁੱਤ ਚਾਰ ਚਫੇਰੇ ਲਿਆ ਕੇ ਖੜ੍ਹੇ ਕਰ ਦਿਓ। ਬੰਦੇ ਦੇ ਕੰਡ 'ਚ ਪ੍ਰਾਣ ਫਸੇ ਹੋਣ, ਉਹਨੂੰ ਕਹਿੰਦੇ ਵੀ ਇੰਨੀ ਮਾਇਆ ਤੇਰੀ, ਆਹ ਤੇਰੇ ਧੀਆਂ ਪੁੱਤ ਹੈ। ਉਹ ਕਹਿੰਦਾ ਮੇਰਾ ਖਹਿੜਾ ਛੱਡੋ, ਮੇਰੀ ਜਾਨ ਨਿਕਲਣ ਨੂੰ ਕਰਦੀ ਆ, ਉਹ ਮੈਂ ਕੀ ਲੈਣਾ ਇਹਦੇ ਤੋਂ। ਇਹ ਛੱਡ ਕੇ ਫਿਰ ਸੰਸਾਰ ਵਿੱਚੋਂ ਪਛਤਾਵਾ ਕਰਕੇ ਚਲੇ ਜਾਂਦਾ। ਸੋ ਮਾੜਾ ਮੋਟਾ ਨਿਤਨੇਮ ਕਰਿਆ ਕਰੋ। ਧਾਰਮਿਕ ਸਮਾਗਮਾਂ ਦਾ ਇਹੀ ਲਾਭ ਹੈ, ਇਹਦੇ ਵਿੱਚੋਂ ਕੋਈ ਨਾ ਕੋਈ ਧਾਰਮਿਕ ਪੱਖ। ਗੁਰਬਾਣੀ ਪੜ੍ਹਿਆ ਕਰੋ, ਗੁਰਬਾਣੀ ਗਾਇਆ ਕਰੋ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬਾਣੀ ਨਾਲ ਪ੍ਰੇਮ ਨਹੀਂ ਬਣਦਾ ਜੀ, ਕਿੱਦਾਂ ਬਣੇ? ਕਹਿੰਦੇ ਗਾ ਕੇ ਪੜ੍ਹਿਆ ਕਰੋ, ਗੁਰਬਾਣੀ ਗਾਵੋ ਭਾਈ। ਕਹਿੰਦੇ ਗਾ ਕੇ ਪੜ੍ਹਿਆ ਕਰੋ, ਫਿਰ ਪ੍ਰੇਮ ਉਪਜਦਾ ਅੰਦਰੋਂ। ਜੇ ਤੁਸੀਂ ਮੂੰਹ ਬੰਦ ਕਰਕੇ ਹੌਲੀ ਹੌਲੀ ਪੜ੍ਹਦੇ ਹੋ ਨਾ, ਪ੍ਰੇਮ ਨਹੀਂ ਉਪਜਦਾ। ਜਾਂ ਗਾ ਕੇ ਪੜੂੰਗੇ, ਕਿਸੇ ਦੀ ਗਾ ਕੇ ਭੰਡ ਮਾੜਾ ਜਿਹਾ ਹੀ ਹੁੰਦਾ, ਉਹ ਕਿੱਦਾਂ ਮਾੜੀ ਮੋਟੀ ਸਿਫਤ ਕਰਕੇ ਸਾਰਿਆਂ ਨੇ ਜੇਬਾਂ 'ਚੋਂ ਪੈਸੇ ਕੱਢ ਲੈਂਦਾ। ਜੇ ਉਹ ਮੂੰਹ 'ਚ ਤੁਹਾਡੀ ਸਿਫਤ ਕਰੀ ਜਾਵੇ ਤਾਂ ਤੁਸੀਂ ਇੱਕ ਧੇਲਾ ਵੀ ਨਹੀਂ ਕੱਢਣਾ। ਜਦ ਗੁਰਬਾਣੀ ਰੱਬ ਦੀ ਗਾਉਣੀ ਆ, ਉਹ ਕਹਿੰਦਾ ਮੈਨੂੰ ਇਹ ਗਾਉਂਦਾ, ਉਹ ਆਪੇ ਸਾਰੇ ਪਦਾਰਥ ਇਹਦੇ ਮੋਹਰੇ ਰੱਖ ਦਿੰਦਾ। ਪੰਜਵੇਂ ਪਾਤਸ਼ਾਹ ਕਹਿੰਦੇ ਬੋਲ ਕੇ ਗਾ ਕੇ ਪੜ੍ਹਿਆ ਕਰੋ ਬਾਣੀ, ਫਿਰ ਜ਼ਿਆਦਾ ਪ੍ਰੇਮ ਪੈਦਾ ਹੋਊਗਾ ਅੰਦਰੋਂ। ਸਾਰਿਆਂ ਦਾ ਧੰਨਵਾਦ, ਆਈ ਹੋਈ ਸੰਗਤ ਦਾ। ਸਤਿਗੁਰੂ ਜੀ ਕਿਰਪਾ ਕਰਨ, ਇਹੋ ਜਿਹਾ ਸਮਾਗਮ ਮਨਾਉਣ ਦਾ ਅਗਾਂਹ ਤੋਂ ਨਗਰ ਨਿਵਾਸੀਆਂ ਨੂੰ ਬਲ ਬਖਸ਼ਦੇ ਰਹਿਣ, ਅਤੇ ਦਾਸ ਵੀ ਜਿੰਨਾ ਚਿਰ ਸਰੀਰ ਹੈ ਡਿਊਟੀ ਨਿਭਦੀ ਹੈ, ਕਿਰਪਾ ਕਰਾਉਣ ਸਾਡੀ ਵੀ ਡਿਊਟੀ ਪੂਰੀ ਸਿਰੇ ਲਾ ਦੇਣ। ਬੇੜੀ ਸਮੁੰਦਰ ਵਿੱਚ ਹੈ, ਪਤਾ ਨਹੀਂ ਬੇੜੀ ਕਿੱਧਰ ਨੂੰ ਚਲੇ ਜਾਣੀ ਆ, ਇਹਦਾ ਪਤਾ ਨਹੀਂ ਹੈ। ਵੱਡੇ ਵੱਡੇ ਫਕੀਰਾਂ ਨੇ ਵੀ ਦਾਅਵਾ ਨਹੀਂ ਕੀਤਾ, ਕੀ ਪਤਾ ਕਹਿੰਦੇ ਅਖੀਰ ਨੂੰ ਬੇੜੀ ਕਿੱਧਰ ਨੂੰ ਜਾਣੀ ਆ। ਬਾਬਾ ਫਰੀਦ ਨੇ ਕਿਹਾ ਮੈਂ ਦੱਸ ਨਹੀਂ ਸਕਦਾ, ਦਾੜੀ ਕੁੱਤੇ ਦੀ ਪੂਛ ਨਾਲੋਂ ਚੰਗੀ ਆ, ਮੇਰੀ ਦਾੜੀ ਚੰਗੀ, ਕੁੱਤੇ ਦੀ ਪੂਛ ਚੰਗੀ ਹੈ। ਜਦ ਬਾਬਾ ਫਰੀਦ ਦਾ ਅੰਤ ਸਮਾਂ ਆਇਆ, ਕਹਿੰਦੇ ਪੁੱਤ ਉਹ ਬੇਸਵਾ ਨੂੰ ਸੱਦ ਕੇ ਲਿਆਓ। ਬੇਸਵਾ ਨੂੰ ਸੱਦ ਕੇ ਲਿਆਂਦਾ, ਕਹਿੰਦੀ ਬੀਬੀ ਤੂੰ ਮੈਨੂੰ ਇੱਕ ਪ੍ਰਸ਼ਨ ਕੀਤਾ ਸੀ। ਕਹਿੰਦੀ ਬਾਬਾ ਉਸ ਵੇਲੇ ਜਵਾਬ ਨਹੀਂ ਦਿੱਤਾ,
ਕਹਿੰਦੇ ਮੇਰੀ ਦਾੜ੍ਹੀ ਹੁਣ ਕੁੱਤੇ ਦੀ ਪੂਛ ਨਾਲੋਂ ਚੰਗੀ ਆ। ਕਹਿੰਦੇ ਤੂੰ ਉਸ ਵੇਲੇ ਜਵਾਬ ਨਹੀਂ ਦਿੱਤਾ। ਕਹਿੰਦੇ ਉਸ ਵੇਲੇ ਮੈਨੂੰ ਖਤਰਾ ਸੀਗਾ ਵੀ ਕਿਤੇ ਉੱਦਾਂ ਦਾ ਕਲੰਕ ਨਾ ਮੈਨੂੰ ਲੱਗ ਜਾਵੇ, ਕੁੱਤੇ ਦੀ ਪੂਛ ਨਾਲੋਂ ਭੈੜੀ ਹੋ ਕੇ ਜਾਵੇ। ਮੈਨੂੰ ਇਹ ਵਿਸ਼ਵਾਸ ਨਹੀਂ ਸੀ, ਹੁਣ ਮੈਨੂੰ ਵਿਸ਼ਵਾਸ ਹੈ। ਭਗਵਾਨ ਪਰਮੇਸ਼ਰ ਦੀ ਦਰਗਾਹ 'ਚੋਂ ਮੈਨੂੰ ਲੈਣ ਆਏ ਆ, ਮੈਂ ਹੁਣ ਸਾਫ਼ ਸੁਥਰੀ ਦਾੜ੍ਹੀ ਲੈ ਕੇ ਅੱਜ ਦਰਗਾਹ ਨੂੰ ਚੱਲਿਆ। ਐਵੇਂ ਨਹੀਂ ਦੁਨੀਆ ਉਹਨਾਂ ਨੂੰ ਮੱਥਾ ਟੇਕਦੀ। ਜਿੱਥੇ ਅਸੀਂ ਗੁਰੂ ਨਾਨਕ ਨੂੰ ਮੱਥਾ ਟੇਕਦੇ ਹਾਂ, ਬਾਬੇ ਫਰੀਦ ਨੂੰ ਨਾਲੇ ਹੀ ਮੱਥਾ ਟੇਕਦੇ, ਸਾਰੀ ਸਿੱਖ ਕੌਮ ਟੇਕਦੀ ਹੈ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।